ਆਦੇ ਇਧਰ ਜਾਓ ਆਦੇ ਇਧਰ ਜਾਓ ਬਾਕੀ ਮੇਰੇ ਸਾਥ ਤੱਕ ਨਹੀਂ ਹੁੰਦਾ ਠੀਕ ਹੈ ਤੇ ਉਹੀ ਕਰਕੇ ਦੇ ਸ਼ੁਡ ਹੈਵ ਅ ਗੁੱਡ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਹੈ ਇੱਥੇ ਦੀ ਪੁਲਿਸ ਬਹੁਤ ਹੀ ਡਿਫਰੈਂਟ ਹੈਗੀ ਆ ਪਹਿਲੀ ਗੱਲ ਤੇ ਇਹ ਹੈਗੀ ਕਿ ਹਰ ਬੰਦੇ ਨੇ ਜਿੰਨ ਜਾਂ ਐਨੀ ਐਨੀ ਪਰਸਨ ਜਿਨੇ ਪੁਲਿਸ ਸਰਵਿਸ ਜੁਆਇਨ ਕਰਨੀ ਹੈ ਉਹਨੇ ਸੇਮ ਪੋਜੀਸ਼ਨ ਤੋਂ ਸ਼ੁਰੂ ਕਰਨਾ ਸਾਡੀ ਡਿਊਟੀ ਹੁੰਦੀ ਹੈ 4 ਦਿਨ ਦੀ ਡਿਊਟੀ ਹੁੰਦੀ ਹੈ ਜੀ 4 ਦਿਨ ਸਾਡੇ ਆਨ ਹੁੰਦੇ ਨੇ ਤੇ 4 ਦਿਨ ਆਫ ਹੁੰਦੇ 4 ਦਿਨ ਛੁੱਟੀ ਹੁੰਦੀ ਆ ਜਿਹੜੇ 4 ਦਿਨ ਹੁੰਦੇ ਸਾਡੀ ਐਕਚੁਅਲੀ ਸ਼ਿਫਟ ਹੁੰਦੀ ਹੈ 12 ਕੈਂਟੀ। ਅਗਰ ਕੋਈ ਬੱਚਾ ਪੁਲਿਸ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਬੇਸਿਕ ਰਿਕੁਆਇਰਮੈਂਟ ਕੀ ਹੁੰਦੀ ਹੈ? ਇਹ ਸਾਨੂੰ ਸਟੈਪ ਬਾਈ ਸਟੈਪ ਥੋੜਾ ਜਿਹਾ ਸਾਨੂੰ ਦੱਸੋ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਐਜੂਕੇਸ਼ਨ ਦੀ ਗੱਲ ਕਰੀਏ। ਆਮ ਸਾਡੀ ਕਮਿਊਨਿਟੀ 'ਚ ਕਾਫੀ ਭੁਲੇਖਾ ਜਾਇਆ ਹੈਗਾ ਕਿ ਤੁਹਾਨੂੰ ਕ੍ਰਿਮੀਨਲ ਜਸਟਿਸ ਦੀ ਡਿਗਰੀ ਕਰਨੀ ਚਾਹੀਦੀ ਆ ਜਾਂ ਡਿਪਲੋਮਾ ਕਰਨਾ ਚਾਹੀਦਾ ਇਹ ਬਿਲਕੁਲ ਗਲਤ ਹੈ ਤੁਹਾਨੂੰ ਕੋਈ ਕ੍ਰਿਮੀਨਲ ਜਸਟਿਸ ਦੀ ਡਿਗਰੀ ਹਾਸਲ ਕਰਨ ਦੀ ਲੋੜ ਨਹੀਂ ਨਾ ਕੋਈ ਕੋਰਸ ਕਰਨ ਦੀ ਲੋੜ ਹਨ ਇਹਦਾ ਕਾਰਨ ਇਹੀ ਹੈਗਾ ਕਿ ਇੱਥੇ ਜੇ ਤੁਸੀਂ ਤੁਹਾਡੀ ਭਰਤੀ ਹੋਗੀ ਜਦੋਂ ਤੁਸੀਂ ਪਾਸ ਕਰ ਜਾਓਗੇ ਅਪਲੀਕੇਸ਼ਨ ਪ੍ਰੋਸੈਸ ਇੱਥੇ ਤੁਹਾਨੂੰ ਸਾਰਾ ਕੁਝ ਸਿਖਾਇਆ ਜਾਂਦਾ ਹੈ ਐਜੂਕੇਸ਼ਨ ਦੇ ਬਾਅਦ ਇੱਕ ਹੋਰ ਚੀਜ਼ ਤੁਹਾਡੀ ਐਪਲੀਕੇਸ਼ਨਸ ਦੇਖੀ ਜਾਊਗੀ ਉਹਨੂੰ ਕਹਿੰਦੇ ਵੋਲੰਟੀਅਰ ਐਕਸਪੀਰੀਅੰਸ ਤੁਹਾਡੀ ਕਮਿਊਨਿਟੀ ਕਮਿਟਮੈਂਟ ਕਿੰਨੀ ਹੈ ਕਮਿਊਨਿਟੀ ਨਾਲ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹ ਕਾਫੀ ਵੱਡੀ ਗੱਲ ਹੁੰਦੀ ਆ ਇਹ ਸ਼ੌਕ ਤੁਸੀਂ ਉੱਥੇ ਤੁਹਾਡੇ ਉੱਥੇ ਵੀ ਦਿਮਗ ਦੇ ਵਿੱਚ ਸੀਗਾ ਉੱਥੇ ਪੰਜਾਬ ਪੁਲਿਸ ਦਾ ਵੀ ਮੈਂ ਸੋਚਾਂ ਦੇ ਸੀਗਾ ਬਟ ਮੈਨੂੰ ਘਰਦਿਆਂ ਨੇ ਰეკਮੈਂਡ ਨਹੀਂ ਕੀਤਾ ਸਿੱਕਾ ਬੇਸਿਕ ਐਜੂਕੇਸ਼ਨ ਦਾ ਪਲੱਸ 2 ਹੈ ਹਾਂਜੀ ਪਰ ਅਗਰ ਤੁਸੀਂ ਗ੍ਰੈਜੂਏਸ਼ਨ ਹੋ ਜਾਂ ਤੁਸੀਂ ਮਾਸਟਰ ਕੀਤੀ ਹੋਈ ਹੈ ਤੇ ਜੇ ਤੁਹਾਡਾ ਵਲੰਟੀਅਰ ਜ਼ਿਆਦਾ ਹੈ ਐਂਡ ਆਫ ਦਾ ਟਾਈਮ ਉਹ ਸਾਰਾ ਕੁਝ ਕਲੱਬ ਕਰਕੇ ਤੁਹਾਨੂੰ ਇਹ ਦੇਖਿਆ ਜਾਣਾ ਕਿ ਕਿਸ ਦਾ ਸਕੋਰ ਜ਼ਿਆਦਾ ਹੈ ਮੈਂ ਤਾਂ ਜੀ ਮਤਲਬ ਕਨਸਟੇਬਲ ਤੋਂ ਨਹੀਂ ਸ਼ੁਰੂ ਕਰਨਾ ਮੈਂ ਤਾਂ ਸਿੱਧਾ ਐਸਐਚੀ ਭਰਤੀ ਹੋਣਾ ਤੇ ਉਹ ਉਹ ਦੱਸੋ ਸਾਨੂੰ ਮੜਿਆ ਇਹ ਵੀ ਸ਼ੰਕਾ ਹੈ ਨਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਆਬੀਸ ਸ਼ੁਰੂਆਤ ਕਨਸਟੇਬਲ ਤੋਂ ਹੋਊਗੀ ਤੇ ਕਾਂਸਟੇਬਲ ਇਹ ਹੀ ਤੇ ਆਫਸਰਸ ਨੇ ਵੈਸੇ ਆਪਾਂ ਕਹਿੰਦੇ ਕਾਂਸਟੇਬਲ ਬਟ ਵੀ ਆਰ ਕਨਸਰਟ ਪੁਲਿਸ ਆਫਸਰਸ ਕੋਈ ਜਨਤਾ ਨੂੰ ਬੈਜ ਦਿੱਤਾ ਜਾਂਦਾ ਦਰਸ਼ਕ ਕਮਿਸ਼ਨ ਤੇ ਇਹ ਤੁਹਾਡੇ ਕੋਲ ਹੈਂਡ ਗਨ ਹੋਗਾ ਇਹ ਨੂੰ ਕਹਿੰਦਾ ਪਟਾਨ ਜੀ ਆ ਜਿੰਦਾ ਸੋਟੀ ਸੋਟੀ ਦੀ ਗੱਲ ਕਰਦੇ ਆ ਇਹ ਐਕਸਪੈਂਡੇਬਲ ਹੁੰਦਾ ਇਹਨੂੰ ਐਕਸਪੈਂਡ ਆਪਾਂ ਕਰ ਸਕਦੇ ਆ ਮੇਰੇ ਕੋਲ ਐਕਸਟਰਾ ਮੈਗਜ਼ੀਨਸ ਆਪਣੇ ਗਨ ਲਈ ਹੁੰਦੀਆਂ ਮੇਰੇ ਕੋਲ ਰੇਡੀਓ ਹੁੰਦਾ ਇਹ ਮੇਰੇ ਕੋਲ ਟੇਜ਼ਰ ਆ ਇਹ ਟੇਜ਼ਰ ਬੇਸਿਕਲੀ ਟੇਜ਼ਰ ਇਲੈਕਟ੍ਰਿਕ ਸ਼ੌਕ ਲਿ ਦਿੰਦਾ ਤੇ ਜਦੋਂ ਕਿ ਤੁਸੀਂ ਕਿਸੇ ਨੂੰ ਟੇਜ਼ਰ ਕਰਦੇ ਹੋ ਉਹ ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ ਸਕਦੇ ਆਪਣਾ ਉਹ ਡੇਕੀ ਜਾਂਦੇ ਨੇ ਇਹ ਮੇਰੀ ਵੈਸਟ ਹੈਗੀ ਆ ਜੀ ਆ ਬਲਿਸਟਿਕ ਵੈਸਟ ਨੂੰ ਕਹਿੰਦਾ ਆ ਇਹ ਇਹ ਸਾਰੇ ਪੁਲਿਸ ਆਫਸਰ ਨੂੰ ਪਾਣਾ ਹੀ ਪੈਂਦਾ ਹੈ ਤਾਂ ਤੁਹਾਡਾ ਬਾਲਾ ਯੋਖ ਹੈ ਥੋੜਾ ਨਹੀਂ ਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਵੀ ਤੁਹਾਨੂੰ ਵੀ ਮੁੰਸ਼ੀ ਦੀ ਘਾਟ ਹੈ ਪ੍ਰੋ ਪੰਜਾਬ ਟੀਵੀ ਦੇਖਣ ਵਾਲਾ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਕਮਲਜੀਤ ਬੁੱਟਰ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪੁਲਿਸ ਹੈੱਡਕੁਆਟਰ ਦੇ ਵਿੱਚ ਕੈਲਗਰੀ ਦੇ ਪੁਲਿਸ ਹੈੱਡਕੁਆਟਰ ਦੇ ਵਿੱਚ ਇੱਥੇ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦੇਵਾਂ ਕਿ ਮੈਂ ਪਹੁੰਚਿਆ ਹੋਇਆ ਸ਼ਬਦ ਕਿਹਾ ਹਾਂ ਲਿਆਂਦਾ ਨਹੀਂ ਗਿਆ ਹੋਇਆ ਸ਼ਬਦ ਕਿਹਾ ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੀਨੀਅਰ ਕਨਸਟੇਬਲ ਅਨਵੀਰ ਸਿੰਘ ਰੰਧਾਵਾ ਦੇ ਨਾਲ ਤੇ ਅਸੀਂ ਅੱਜ ਜਿਹੜੇ ਟੌਪਿਕ ਦੇ ਉੱਪਰ ਗੱਲ ਕਰਨੀ ਹੈ ਉਹ ਉਹਨਾਂ ਦੀ ਜਰਨੀ ਦੇ ਬਾਰੇ ਵੀ ਗੱਲ ਕਰਨੀ ਹੈ ਕਿ ਉਹ ਕਿਸ ਤਰ੍ਹਾਂ ਪੁਲਿਸ ਦੇ ਵਿੱਚ ਆਏ ਨੇ ਤੇ ਨਾਲ ਹੀ ਗੱਲ ਇਹ ਕਰਨੀ ਹੈ ਕਿ ਕਿਸੇ ਨੇ ਪੁਲਿਸ ਦੇ ਵਿੱਚ ਆਉਣਾ ਆ ਭਰਤੀ ਹੋਣਾ ਆ ਤੇ ਉਹ ਕਿਹੜੇ-ਕਿਹੜੇ ਸਟੈਪ ਦੇ ਵਿੱਚੋਂ ਦੀ ਲੰਘਣਾ ਤੁਹਾਨੂੰ ਪੈਣਾ ਆ ਤੇ ਇਹ ਕਿਉਂਕਿ ਬਹੁਤ ਸਾਰਾ ਇਹ ਮਿਸ ਅੰਡਰਸਟੈਂਡਿੰਗ ਕਈ ਵਾਰੀ ਜਦੋਂ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਉੱਪਰ ਆ ਜਾਂਦੇ ਆ ਕਿ ਤੁਹਾਨੂੰ ਫਲਾਣੀ ਡਿਗਰੀ ਕਰਨੀ ਪੈਣੀ ਆ ਤੁਹਾਨੂੰ ਇਸ ਤਰ੍ਹਾਂ ਦਾ ਸਰੀਰ ਬਣਾਉਣਾ ਪੈਣਾ ਤੁਹਾਨੂੰ ਇਸ ਤਰ੍ਹਾਂ ਦੀ ਨੌਲੇਜ ਹੋਵੇ ਤੇ ਬਹੁਤ ਸਾਰੀਆਂ ਜਿਹੜੀਆਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਉਹ ਤੁਹਾਨੂੰ ਕਈ ਵਾਰੀ ਤੁਹਾਡਾ ਸਮਾਂ ਬਰਬਾਦ ਕਰਦੀਆਂ ਕਹਿਣ ਦਾ ਮਤਲਬ ਤੁਸੀਂ ਕਿਸੇ ਔਰ ਪਾਸੇ ਲੱਗੇ ਰਹਿੰਦੇ ਹੋ ਪਰ ਅਖੀਰ ਦੇ ਵਿੱਚ ਜਦੋਂ ਤੁਹਾਡਾ ਸੁਪਨਾ ਪੂਰਾ ਹੋਣ ਦੀ ਗੱਲ ਆਉਂਦੀ ਹੈ ਤੇ ਉਹ ਤੁਹਾਡਾ ਨਹੀਂ ਹੁੰਦਾ ਕਿਉਂਕਿ ਤੁਸੀਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਸੋ ਇਹਨਾਂ ਸਾਰੀਆਂ ਗੱਲਾਂ ਦੇ ਜਿਹੜੇ ਸ਼ੰਕੇ ਨੇ ਉਹ ਅਸੀਂ ਦੂਰ ਕਰਾਂਗੇ ਅੱਜ ਤੇ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਉਣੇ ਆ ਪਾਜੀ ਉਹਨਾਂ ਦੇ ਨਾਲ ਪਾਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਫਾਰ ਹੈਵਿੰਗ us ਤੇ ਪਾਜੀ ਪਹਿਲਾਂ ਤਾਂ ਸਾਨੂੰ ਇਹ ਹੀ ਦੱਸੋ ਕਿ ਸਾਡੇ ਲਈ ਤਾਂ ਬੜੀ ਮਾਣ ਵਾਲੀ ਗੱਲ ਹੈ ਤੇ ਤੁਸੀਂ ਇਸ ਅਹੁਦੇ ਦੇ ਉੱਪਰ ਬੈਠੇ ਹੋ ਤੇ ਜਿਸ ਤਰ੍ਹਾਂ ਤੁਸੀਂ ਦੱਸ ਵੀ ਰਹੇ ਸੀ ਕਿ ਤੁਹਾਡਾ ਤਾਂ ਜਿਹੜੀ ਸਟੱਡੀ ਹੈ ਜਾਂ ਤੁਹਾਡਾ ਕੰਮ ਤੁਸੀਂ ਜਿਹੜੇ-ਜਿਹੜੇ ਸ਼ਹਿਰਾਂ ਵਿੱਚ ਰਹੇ ਹੋ ਤੇ ਉੱਥੋਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਤੁਸੀਂ ਪੁਲਿਸ ਦੇ ਵਿੱਚ ਕਿਵੇਂ ਆ ਗਏ ਹਾਂਜੀ ਠੀਕ ਹੈ ਜੀ ਤੇ ਨਹੀਂ ਤਾਂ ਲੋਕ ਬੜੇ ਕਹਿੰਦੇ ਆ ਯਾਰ ਅਸੀਂ ਤਾਂ ਮੈਂ ਤਾਂ ਫਲਾਣੀ ਜੌਬ ਕਰਦਾ ਮੈਂ ਤਾਂ ਜਾਣਾ ਹੀ ਪੁਲਿਸ 'ਚ ਠੀਕ ਹੈ ਜੀ ਪਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੰਜੀਨੀਅਰ ਗਲਾਈਨ ਦੇ ਵਿੱਚ ਰਹੇ ਹੋ ਤੇ ਥੋੜਾ ਸਾਨੂੰ ਅਸੀਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਤੇ ਪੰਜਾਬ ਤੋਂ ਕਿੱਥੋਂ ਬਾਜੀ ਸਾਡਾ ਪਿੰਡ ਜ ਤਨੋਲਾ ਬਰਨਾਲੇ ਦੇ ਨਾਲ ਹੀ ਹਾਂਜੀ ਓਕੇ ਤੇ ਰਹਿਣਦੇ ਤੇ ਹੁਣ ਆਪਾਂ ਸ਼ਹਿਰ 'ਚ ਆ ਜੀ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਪਲੱਸ 2 ਕਰਕੇ ਮੈਂ ਇੱਥੇ ਆਇਆ ਸੀ ਜੀ ਆ ਸਟੱਡੀ ਬੇਸਿਸ ਤੇ ਐਜ਼ ਅ ਸਟੂਡੈਂਟ ਤੇ ਸਟੂਡੈਂਟ ਵੀਜ਼ਾ ਤੇ ਆ ਕੇ ਮੈਂ ਇੱਥੇ ਆ ਕੇ ਸਭ ਤੋਂ ਪਹਿਲਾਂ ਆਪਣੀ ਡਿਗਰੀ ਹਾਸਲ ਕੀਤੀ ਬੈਚਲਰਸ ਡਿਗਰੀ ਜਿਹਨੂੰ ਕਈ ਪਲਸ 2 ਤੋਂ ਪਾਸ ਕਰਕੇ ਆਇਸੀ ਪਲਸ 2 ਤੋਂ ਪਾਸ ਕਰਕੇ ਆਇਸੀ ਹਾਂਜੀ ਓਕੇ ਤੇ ਪਲਸ 2 ਪਾਸ ਕਰਕੇ ਇੱਥੋਂ ਆ ਕੇ ਮੈਂ ਬੈਚਲਰਸ ਡਿਗਰੀ ਕੀਤੀ ਜਿਹੜੀ ਸਾਲ 4 ਸਾਲ ਦੀ ਇੱਥੇ ਕੈਨੇਡਾ 4 ਸਾਲ ਦੀ ਡਿਗਰੀ ਹੁੰਦੀ ਆ ਉਹਦੇ ਬਾਅਦ ਮੈਂ ਯੂਨੀਵਰਸਿਟੀ ਆਫ ਨਿਊ ਬ੍ਰਾਂਸਵਿਕ ਤੇ ਗਿਆ ਸੀ ਆ ਕਾਫੀ ਇਹੋ ਜਿਹਾ ਪ੍ਰੋਵਿੰਸ ਹੈਗਾ ਜਿੱਥੇ ਆਪਣੇ ਘਾਟ ਹੀ ਜਾਂਦੇ ਨੇ ਓਕੇ ਬਟ ਯੂਨੀਵਰਸਿਟੀ ਉੱਥੇ ਦੀ ਬਹੁਤ ਵਧੀਆ ਹੈਗੀ ਆ ਤੇ ਕਾਫੀ ਪੁਰਾਣੀ ਯੂਨੀਵਰਸਿਟੀ ਹੈਗੀ ਆ ਉੱਥੇ ਜਦੋਂ ਮੈਂ ਗ੍ਰੈਜੂਏਟ ਹੋਇਆ ਉੱਥੇ ਮੈਨੂੰ ਮੌਕਾ ਮਿਲਿਆ ਉੱਥੇ ਕੋਆਪ ਜਿਹੜ ਨੂੰ ਐਕਸਪੀਰੀਅੰਸ ਕਈਦਾ ਜਦੋਂ ਤੁਸੀਂ ਡਿਗਰੀ ਕਰਦੇ ਹੋ ਹਮਮ ਉੱਥੇ ਮੈਂ ਲੋਕਲ ਕੰਪਨੀ ਨਾਲ ਕੰਮ ਕੀਤਾ 2 ਸਾਲ ਹਮ ਫੈਡਰਿਕਟਨ ਜਿਹੜਾ ਸ਼ਹਿਰ ਹੈਗਾ ਜੀ ਆ ਸੂਬੇ ਦਾ ਤੇ ਉਹਦੇ ਬਾਅਦ ਮੈਂ ਮੂਵ ਹੋ ਗਿਆ ਪ੍ਰੈਮਪਟਨ ਹਮ ਉੱਥੇ ਰਿਸ਼ਤੇਦਾਰ ਸੀਗੇ ਤੇ ਉੱਥੇ ਹੀ ਆ ਜਾ ਕੇ ਮੈਂ ਸਭ ਤੋਂ ਪਹਿਲਾਂ ਉੱਥੇ ਮੈਂ ਜੌਬ ਲੱਭੀ ਤੇ ਮੈਂ ਇੰਜੀਨੀਅਰਿੰਗ ਫੀਲਡਸ ਮੈਂ ਗਿਆ ਇੰਜੀਨੀਅਰਿੰਗ ਪ੍ਰੋਜੈਕਟ ਮੈਨੇਜਮੈਂਟ ਦੀ ਫੀਲਡ 'ਚ ਮੈਂ ਗਿਆ ਸੀ ਹਮ ਉੱਥੇ ਕਾਫੀ ਸਾਲ ਮੈਂ ਇੰਜੀਨੀਅਰਿੰਗ ਦਾ ਕੰਮ ਕੀਤਾ ਮੈਂ ਥੋੜੀ ਮਾਰਕੀਟਿੰਗ ਦਾ ਵੀ ਕੰਮ ਕਰਦਾ ਸੀ ਤੇ ਉਹਦੇ ਬਾਅਦ ਮੈਨੂੰ ਮੌਕਾ ਮਿਲਿਆ ਕੈਲਗਰੀ ਆਂਦਾ ਕੈਲਗਰੀ ਆ ਕਿ ਮੈਂ ਇੱਥੇ ਮੈਂ ਜਦੋਂ ਆਇਆ ਸੀ ਉਦੋਂ ਔਇਲ ਐਂਡ ਗੈਸ ਦਾ ਬੂਮ ਸੀਗਾ ਜੀ ਤੇ ਜਦੋਂ ਹੀ ਮੈਂ ਆਇਆ ਮੈਂ ਤਾਂ ਘੁੰਮਣ ਫਿਰਨ ਆਇਆ ਸੀਗਾ ਦੇਖਣ ਲਈ ਸ਼ਹਿਰ ਉਹ ਮੈਂ ਸੋਚਿਆ ਚਲੋ ਐਪਲੀਕੇਸ਼ਨ ਵੀ ਪਾ ਦਿੰਦੇ ਆ ਤੇ ਇੱਥੇ ਉਦੋਂ ਜਦੋਂ ਬੂਮ ਸੀਗਾ ਕਾਫੀ ਛੇਤੀ ਮੈਨੂੰ ਹਾਇਰ ਇਹਨਾਂ ਨੇ ਕਰ ਲਿਆ ਜੀ ਤੇ ਤੁਸੀਂ ਆਹਲ ਕੰਪਨੀ ਦੇ ਵਿੱਚ ਆਹ ਇੰਜੀਨੀਅਰਿੰਗ ਕੰਪਨੀ ਚ ਹਾਂਜੀ ਗੋਲਡਰ ਐਸੋਸੀਏਟਸ ਇੰਜੀਨੀਅਰਿੰਗ ਜਿਹੜੀ ਹੈਗੇ ਸਿਵਲ ਇੰਜੀਨੀਅਰਿੰਗ ਦੀ ਕੰਪਨੀ ਹੈਗੀ ਆ ਉੱਥੇ ਮੈਂ ਤੇ ਉੱਥੇ ਮੈਂ 4 ਸਾਲ ਲਾਇਆ ਹੂੰ ਉਹਦੇ ਬਾਅਦ ਮੈਨੂੰ ਲੱਗਿਆ ਮੇਰੇ ਦਿਮਾਗ ਸੀਗਾ ਮੇਰੇ ਮਨ 'ਚ ਸੀਗਾ ਕਿ ਮੈਂ ਕੁਝ ਸਮਥਿੰਗ ਡਿਫਰੈਂਟ ਕਰਨਾ ਚਾਹੁੰਦਾ ਹੂੰ ਤੇ ਜਾਂ ਤੇ ਮੈਂ ਫੌਜ ਦੀ ਫੀਲਡ 'ਚ ਜਾਣਾ ਚਾਹੁੰਦਾ ਸੀ ਜਾਂ ਤੇ ਪੁਲਿਸ 'ਚ ਸ਼ੌਂਕ ਸੀਗਾ ਇਹ ਚੀਜ਼ਾਂ ਦਾ ਜਿੱਦਾਂ ਸਾਰਿਆਂ ਨੂੰ ਸ਼ੌਂਕ ਹੁੰਦਾ ਹੀ ਆ ਏ ਚਾਹ ਕਿ ਤੁਸੀਂ ਉੱਥੇ ਤੁਹਾਡੇ ਉੱਥੇ ਵੀ ਦਿਮਾਗ ਦੇ ਵਿੱਚ ਸੀਗਾ ਉੱਥੇ ਪੰਜਾਬ ਪੁਲਿਸ ਦਾ ਵੀ ਮੈਂ ਸੋਚਾਂ ਦੇ ਸੀਗਾ ਬਟ ਮੈਨੂੰ ਘਰਦਿਆਂ ਨੇ ਰეკਮੈਂਡ ਨਹੀਂ ਕੀਤਾ ਸੀ ਆ ਉਹ ਸੋਚਦੇ ਸੀ ਕਿ ਪਹਿਲਾਂ ਜਾ ਕੇ ਪੜਾਈ ਕਰ ਲਾ ਓਕੇ ਬਾਹਰ ਜਾ ਕੇ ਥੋੜੀ ਐਕਸਪੀਰੀਅੰਸ ਲਾ ਲਾ ਜੇ ਉਹ ਤੇ ਦਿਮਾਗ ਚ ਆਲਵੇਸ ਹੁੰਦਾ ਸੀ ਠੀਕ ਹੈ ਤੇ ਫੌਜ ਵੀ ਹੁੰਦਾ ਸੀ ਆ ਬਟ ਇੱਥੇ ਆ ਕੇ ਮੈਂ ਸੋਚਿਆ ਜਿਹੜੀ ਚੀਜ਼ ਲਾਈਫ ਚ ਕਰਨੀ ਆ ਵਾਈ ਨਾਟ ਗਿਵ ਇਟ ਅ ਟਰਾਇ ਤੇ ਮੈਨੂੰ ਪਰ ਲੋਕ ਕਹਿੰਦੇ ਰਹਾਤਾ ਸੀ ਕਿ ਦੇਖੋ ਜੀ ਇਹ ਬੜੀ ਐਪਲੀਕੇਸ਼ਨ ਪ੍ਰੋਸੈਸ ਟਫ ਹੁੰਦਾ ਔਖਾ ਹੀ ਹੁੰਦਾ ਮੈਂ ਕਿਹਾ ਚੋਈ ਕੋਈ ਨਹੀਂ ਆਪ ਦੇਖੀ ਜਾਊਗੀ ਐਪਲੀਕੇਸ਼ਨ ਪਾ ਦਈਏ ਤੇ ਹਰ ਇੱਕ ਸਟੈਪ ਮੈਂ ਪਾਸ ਕਰ ਲੈ ਤੇ ਉਹਦੇ ਬਾਅਦ ਭਰਤੀ ਹੋ ਗਈ ਮੇਰੀ ਤੇ ਕਈ ਵਾਰੀ ਇਸੇ ਤਰ੍ਹਾਂ ਲੋਕਾਂ ਦਾ ਇਹ ਵੀ ਦੇਖਦਾ ਕਿ ਯਾਰ ਇਹ ਫਲਾਣਾ ਬਿਲਡਰ ਹੈ ਤੇ ਆ ਫਲਾਣਾ ਬਿਜ਼ਨਸਮੈਨ ਹੈ ਆ ਫਲਾਣੇ ਨੇ ਸਟੋਰ ਖੋਲ ਲਿਆ ਤੇ ਏ ਨਹੀਂ ਸੋਚਿਆ ਵੀ ਅਰ ਕਿਉਂ ਨਾ ਕਿਸੇ ਕੋਈ ਬਿਜ਼ਨਸ ਕਰ ਲਿਆ ਜਾਵੇ ਇੱਥੇ ਤਾਂ ਆਪਣੇ ਬੰਦੇ ਸਾਰੇ ਬਿਜ਼ਨਸ ਹੀ ਕਰਦੇ ਆ ਕੋਈ ਨਾ ਕੋਈ ਜੀ ਸੋਚਿਆ ਤਾਂ ਸੀਗਾ ਕਈ ਵਾਰੀ ਕੰਪੇਅਰ ਕਰਨ ਲੱਗ ਜਾਂਦੇ ਆ ਜੋ ਕਿੰਨੇ ਕੁ ਕਮਾਰ ਨੇ ਤੇ ਇਹ ਤਾਂ ਚੰਗਾ ਤਾਂ ਰਹਿੰਦਾ ਕੋਈ ਬਿਜ਼ਨਸ ਕਰ ਲ ਬਿਲਕੁਲ ਸੋਚਿਆ ਤਾਂ ਸੀਗਾ ਬਟ ਮੈਨੂੰ ਯੂਨੀਫਾਰਮ ਨਾਲ ਪਿਆਰ ਸੀਗਾ ਕਿਉਂਕਿ ਮੇਰੇ ਆਪ ਦੇ ਫਾਦਰ ਸਾਹਿਬ ਮੇਰੇ ਫੌਜ ਸੀਗੇ ਇੰਡੀਆ ਚ ਠੀਕ ਤੇ ਯੂਨੀਫਾਰਮ ਨਾਲ ਮੈਨੂੰ ਕਾਫੀ ਪਿਆਰ ਮੇਰੇ ਦਾਦਾ ਜੀ ਵੀ ਫੌਜ ਹੁੰਦੇ ਸੀ ਤੇ ਇਹ ਸਾਡਾ ਵਰਦੀ ਨੂੰ ਪਾਣਾ ਇਹ ਸਾਡੇ ਲਈ ਮਾਣ ਦੀ ਗੱਲ ਆ ਤੇ ਸਾਡੀ ਜਨਰੇਸ਼ਨ ਹਮੇਸ਼ਾ ਇਹ ਕਰਦੀ ਰਹਿੰਦੀ ਆ ਇਟ ਵਾਜ਼ਨਟ ਅ ਬਿਗ ਰੰਧਾਵਾ ਜੀ ਜਿਸ ਤਰ੍ਹਾਂ ਇਹ ਆ ਕਿ ਜਿਸ ਤਰ੍ਹਾਂ ਤੁਹਾਨੂੰ ਇਸ ਵਰਦੀ ਦੇ ਨਾਲ ਪਿਆਰ ਹੈ ਜਾਂ ਨਵੇਂ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਵਰਦੀ ਇੱਕ ਵਾਰੀ ਜਾਂ ਕਹ ਲਓ ਉੱਥੇ ਵੀ ਕਈ ਵਾਰੀ ਅੱਜਕੱਲ੍ਹ ਜੇ ਮੂਵੀਆਂ ਦੇ ਵਿੱਚ ਦੇਖਦੇ ਨੇ ਤਾਂ ਬੱਚੇ ਉਥੋਂ ਮੈਂ ਕਈ ਬੱਚੇ ਸਾਡੇ ਆਏ ਨੇ ਵੈਂਕੂਵਰ ਸਾਈਡ ਉਹ ਵੀ ਉਹ ਕਹਿੰਦੇ ਆ ਜੀ ਅਸੀਂ ਤਾਂ ਪੁਲਿਸ ਦੇ ਵਿੱਚ ਜਾਣਾ ਆ ਸਾਨੂੰ ਮਤਲਬ ਇਹ ਡਰੈਸ ਬੜੀ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਹਾਂਜੀ ਹਾਂਜੀ ਤੇ ਹੁਣ ਤੋਂ ਸਾਨੂੰ ਥੋੜਾ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਆ ਪੁਲਿਸ ਦਾ ਜਿਹੜਾ ਐਜ ਮਤਲਬ ਕੰਮ ਦੇ ਤੌਰ ਤੇ ਕਿਸ ਤਰ੍ਹਾਂ ਦੀ ਜੌਬ ਡਿਊਟੀ ਹੈ ਤੇ ਕਿਉਂਕਿ ਅਸੀਂ ਕਈ ਚੀਜ਼ਾਂ ਕੰਪੇਅਰ ਕਰਦੇ ਆ ਕੰਪੇਅਰ ਕਰਨ ਦਾ ਮਤਲਬ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕੰਪੇਅਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਅਸੀਂ ਕਿਸੇ ਨੂੰ ਕੋਈ ਨੀਮਾ ਦਿਖਾਉਣ ਵਾਲੀ ਗੱਲ ਹੁੰਦੀ ਹੈ ਉਹ ਕਿਉਂਕਿ ਅਸੀਂ ਜਿੱਥੋਂ ਆਏ ਆ ਤੇ ਅਸੀਂ ਉਹਨਾਂ ਚੀਜ਼ਾਂ ਨਾਲ ਕੰਪੇਅਰ ਕਰਨਾ ਆਦਰਵਾਇਜ਼ ਹੋਰ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਸੀ ਉੱਥੇ ਕਈ ਵਾਰੀ ਗੱਲ ਇਹ ਕਿਉਂਕਿ ਸਾਡੇ ਉੱਥੇ ਰੰਧਾਵਾਜੀ ਜਿਸ ਤਰ੍ਹਾਂ ਪੁਲਿਸ ਦੀ ਜੌਬ ਨੂੰ ਬੜਾ ਉੱਥੇ ਹਾਰਡ ਮੰਨਿਆ ਜਾਂਦਾ ਕਿ ਜੀ 24 ਆਵਰਸ ਕੰਮ ਤੇ ਜਾਣਾ ਆ ਤੇ ਉਸ ਤੋਂ ਬਾਅਦ ਚਲੋ ਠੀਕ ਹੈ ਛੁੱਟੀ ਵੀ ਹੁੰਦੀ ਆ ਪਰ ਇੰਨਾ ਲੰਮਾ ਸਮਾਂ ਤੇ ਇਹ ਸਾਨੂੰ ਦੱਸੋ ਵੀ ਇੱਥੇ ਜੌਬ ਦਾ ਕਿਸ ਤਰ੍ਹਾਂ ਦੀ ਹੈਗੀ ਹੈ ਲਾਈਕ ਪੁਲਿਸ ਦੀ ਕਿਉਂਕਿ ਭੱਜ ਦੌੜਦਾ ਹੀ ਰਹਿੰਦੇ ਆ ਕਿ ਜਦੋਂ ਅਸੀਂ ਕਹ ਲਓ ਵੀ ਕਈ ਵਾਰੀ 911 ਆਏ ਕਿ ਪੁਲਿਸ ਪਹੁੰਚ ਜਾਂਦੀ ਹੈ ਟਾਈਮ ਤੇ ਤੇ ਕਿਸ ਤਰ੍ਹਾਂ ਦੀ ਲਾਈਫ ਰਹਿੰਦੀ ਹੈ ਕਮਲ ਜੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਡੀ ਦੋ ਜਿਹੜੀ ਪੁਲਿਸ ਫੋਰਸਿਸ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ ਉੱਥੇ ਦੇ ਪੁਲਿਸ ਸਰਵਿਸ ਨੂੰ ਆਪਾਂ ਨਾਲ ਕੁਝ ਸਾਨੂੰ ਕਹਿਣਾ ਵੀ ਚਾਹੀਦਾ ਆਪਾਂ ਕਹਿੰਦੇ ਵੀ ਨਹੀਂ ਬਟ ਕਾਫੀ ਬਾਰੇ ਜਿਹੜਾ ਸਟੂਡੈਂਟਸ ਆਪਣੇ ਆਉਂਦੇ ਨੇ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਆ ਨਿਊ ਐਪਲੀਕੈਂਟਸ ਜਿਹੜੇ ਆਉਂਦੇ ਨੇ ਇੰਡੀਆ ਤੋਂ ਉਹਨਾਂ ਨੂੰ ਇਹ ਉਹਨਾਂ ਦੇ ਦਿਮਾਗ 'ਚ ਇਮੇਜ ਹੁੰਦੀ ਆ ਜਿੱਦਾਂ ਇੰਡੀਆ 'ਚ ਕੋਈ ਵੀ ਪੁਲਿਸ ਸਰਵਿਸ ਦੀ ਇਮੇਜ ਹੋਵੇ ਜੀ ਆ ਇੱਥੇ ਦੀ ਪੁਲਿਸ ਬਹੁਤ ਹੀ ਡਿਫਰੈਂਟ ਹੈਗੀ ਆ ਪਹਿਲੀ ਗੱਲ ਤੇ ਇਹ ਹੈਗੀ ਕਿ ਹਰ ਬੰਦੇ ਨੇ ਜਾਂ ਐਨੀ ਐਨੀ ਪਰਸਨ ਜਿਹਨੇ ਪੁਲਿਸ ਸਰਵਿਸ ਜੁਆਇਨ ਕਰਨੀ ਆ ਉਹਨੇ ਸੇਮ ਪੋਜੀਸ਼ਨ ਤੋਂ ਸ਼ੁਰੂ ਕਰਨਾ ਜੀ ਮੈਨੂੰ ਪਤਾ ਇੰਡੀਆ ਚ ਡਿਫਰੈਂਟ ਪੋਜੀਸ਼ਨਸ ਇਸ ਤੋਂ ਸੀ ਸ਼ੁਰੂ ਕਰ ਸਕਦਾ ਇੱਥੇ ਸੇਮ ਪੋਜੀਸ਼ਨ ਹੁੰਦੀ ਹੈ ਵਿਚ ਇਸ ਕਨਸਟੇਬਲ ਜਾਂ ਰਿਕਰੂਟ ਕਨਸਟੇਬਲ ਜਿੰਨੂੰ ਆਪਾਂ ਕਹਿੰਦੇ ਹਾਂ ਉੱਥੋਂ ਫਿਰ ਤੁਸੀਂ ਆਪਣੀ ਮੈਰਿਟ ਦੇ ਹਿਸਾਬ ਨਾਲ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਉੱਤੇ ਜਾ ਸਕਦੇ ਹੋ ਬਲਕਿ ਜਿਹੜੇ ਆਪਣੇ ਚੀਫ ਨੇ ਉਹਨਾਂ ਨੇ ਵੀ ਸ਼ੁਰੂਆਤ ਕਨਸਟੇਬਲ ਤੋਂ ਹੀ ਕੀਤੀ ਸੀ ਜੀ ਜੀ ਸੋ ਇਹ ਸਟੈਪ ਸਾਡਾ ਥੋੜਾ ਡਿਫਰੈਂਟ ਹੈ ਮੈਂ ਸਟੈਪਾਂ ਦੇ ਉੱਪਰ ਵੀ ਆਉਣਾ ਮੈਨੂੰ ਥੋੜਾ ਜਿਹਾ ਪਹਿਲਾਂ ਇਹ ਹੀ ਦੱਸੋ ਵੀ ਜਿਸ ਤਰ੍ਹਾਂ ਹੁਣ ਤੁਸੀਂ ਹੁਣ ਅੱਜ ਪਹੁੰਚੇ ਹੋਏ ਹੋ ਤੇ ਅੱਜ ਤੁਹਾਡੀ ਡਿਊਟੀ ਕਿੰਨੇ ਵਜੇ ਸ਼ੁਰੂ ਹੋਈ ਅੱਜ ਮੇਰੀ ਡਿਊਟੀ ਸਵੇਰੇ ਸ਼ੁਰੂ ਹੋ ਗਈ ਸੀ ਹਾਂਜੀ ਮੇਰੇ ਸਵੇਰੇ ਮੇ 6 ਵਜੇ ਡਿਊਟੀ ਸ਼ੁਰੂ ਹੋ ਜਾਂਦੀ ਆ ਕਦੇ 7 ਵਜੇ ਸਵੇਰੇ ਸ਼ੁਰੂ ਹੋ ਜਾਂਦੀ ਆ ਅਗਰ 6 ਵਜੇ ਡ ਚਿਚ ਬਹਿ ਜਾਣਾ ਓਕੇ ਤੁਮਹਾਨੂੰ ਤੁਸੀਂ 5 ਵਜੇ ਤਿਆਰ ਹੋਣਾ ਸ਼ੁਰੂ ਹੋਣਾ ਪੈਂਦਾ ਤੁਹਾਨੂੰ ਸਾਰੀ ਆਪਣੀ ਵਰਦੀ ਪਾਣੀ ਪੈਂਦੀ ਆ ਫਿਰ ਉਹ ਕਰਕੇ ਉਹ ਹਿਸਾਬ ਨਾਲ ਤੁਹਾਨੂੰ ਕੰਮ ਤੇ ਆਉਣਾ ਪੈਂਦਾ 6 ਵਜੇ ਯੂ ਆਰ ਸਟਾਰਟਿੰਗ ਯੋਰ ਐਕਚੁਅਲ ਸ਼ਿਫਟ ਤੇ ਕਿਸ ਤਰ੍ਹਾਂ ਤੁਹਾਡਾ ਸ਼ਡਿਊਲ ਰਹਿੰਦਾ ਹੈ ਦੋ ਦਿਨਾਂ ਆਫ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਜੀ ਕਿਸ ਤਰ੍ਹਾਂ ਸਾਡੀ ਡਿਊਟੀ ਹੁੰਦੀ ਆ 4 ਦਿਨ ਦੀ ਡਿਊਟੀ ਹੁੰਦੀ ਆ ਜੀ 4 ਦਿਨ ਸਾਡੇ ਆਨ ਹੁੰਦੇ ਨੇ ਤੇ 4 ਦਿਨ ਆਫ ਹੁੰਦੇ 4 ਦਿਨ ਛੁੱਟੀ ਹੁੰਦੀ ਆ ओके ਜਿਹੜੇ 4 ਦਿਨ ਹੁੰਦੇ ਸਾਡੀ ਐਕਚੁਅਲੀ ਸ਼ਿਫਟ ਹੁੰਦੀ ਹੈ 12 ਘੰਟੇ ਦੀ 12 ਘੰਟੇ ਦੀ 12 ਆਵਰ ਸ਼ਿਫਟ ਹੁੰਦੀ ਆ ਤੇ 4 ਦਿਨਾਂ ਚ ਪਹਿਲੇ 2 ਦਿਨ ਜਿਹੜੇ ਹੁੰਦੇ ਨੇ ਉਹ ਡੇ ਸ਼ਿਫਟ ਹੁੰਦੇ ਨੇ ਤੇ ਬਾਕੀ 2 ਦਿਨ ਹੁੰਦੇ ਨੇ ਉਹ ਨਾਈਟ ਸ਼ਿਫਟ ਹੁੰਦੇ ਨੇ ਤੁਹਾਡੀ ਨਾਈਟ ਸ਼ਿਫਟ ਸ਼ੁਰੂ ਹੋਗੀ ਫੋਰ ਐਗਜ਼ਾਮਪਲ ਅਗਰ ਤੁਸੀਂ ਉਸ ਆਪਣੇ ਟਾਈਮ ਟੇਬਲ ਚ ਹੈ ਕਿ 7 ਵਜੇ ਤੁਸੀਂ ਅਗਰ ਦਿਨ ਦਾ ਟਾਈਮ ਸ਼ੁਰੂ ਕਰਦੇ ਹੋ ਨਾਈਟ ਸ਼ਿਫਟ ਤੁਹਾਡੀ 7 ਵਜੇ ਸ਼ਾਮੀ ਸ਼ੁਰੂ ਹੁੰਦੀ ਆ ਸਵੇਰੇ 7 ਵਜੇ ਤੱਕ ਤੇ ਉਹ ਤੁਹਾਡਾ ਉਹ ਤੁਹਾਡੀ ਸ਼ਿਫਟ ਰਹੂਗੀ 4 ਆਨ 4 ਆਫ ਤੇ ਰੰਦਾਬਾ ਜੀ ਹੁਣ ਸਾਨੂੰ ਇਹ ਵੀ ਦੱਸੋ ਕਿ ਜਿਹੜਾ ਅਗਰ ਕੋਈ ਬੱਚਾ ਪੁਲਿਸ ਤੇ ਵਿਚਾਉਣਾ ਚਾਹੁੰਦਾ ਹੈ ਤੇ ਬੇਸਿਕ ਰਿਕੁਆਇਰਮੈਂਟ ਕੀ ਹੁੰਦੀ ਹੈ ਇਹ ਸਾਨੂੰ ਸਟੈਪ ਬਾਈ ਸਟੈਪ ਥੋੜਾ ਜਿਹਾ ਸਾਨੂੰ ਦੱਸੋ ਡਿਟੇਲ ਦੇ ਵਿੱਚ ਕਿਉਂਕਿ ਬਾਹਰ ਅਸੀਂ ਪੜਦੇ ਨਹੀਂ ਹਾਂ ਅਸੀਂ ਵੈਬਸਾਈਟ ਖੋਲ ਕੇ ਜਾਣਾ ਨਹੀਂ ਉਹਦੇ ਉੱਪਰ ਅਸੀਂ ਹੋਰਾਂ ਪਰਾਂ ਤੋਂ ਸੁਣ ਲੈਣੀ ਆ ਤੇ ਅਸੀਂ ਆਪਣਾ ਗੋਲ ਸੈੱਟ ਕਰ ਲੈਣਾ ਤੇ ਉਹ ਫਿਰ ਜਦੋਂ ਆਪਾਂ ਗੋਲ ਅਚੀਵ ਨਹੀਂ ਕਰ ਪਾਉਂਦੇ ਫਿਰ ਫੇਰ ਬਾਅਦ ਚ ਰਿਵਾਈਜ਼ ਕਰਦੇ ਹਾਂ ਅਸੀਂ ਕੀ ਸੋਚਦੇ ਸੀ ਕਿ ਬਣ ਕੀ ਹੈ ਤੇ ਤੁਹਾਨੂੰ ਥੋੜਾ ਸਟੈਪ ਵਾਈਜ਼ ਸਟੈਪ ਦੱਸੋ ਕਿ ਜਿਹੜਾ ਪੁਲਿਸ ਦੇ ਵਿੱਚ ਬੇਸਿਕ ਐਜੂਕੇਸ਼ਨ ਕੀ ਹੈ ਤੇ ਸਟੈਪ ਵਾਈਜ਼ ਸਟੈਪ ਕਿਸ ਤਰ੍ਹਾਂ ਹਾਇਰ ਹੋਇਆ ਜਾ ਸਕਦਾ ਤੇ ਕਮਲ ਜੀ ਉਹਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਇਹ ਕਾਵਾਂਗਾ ਕਿ ਅਗਰ ਕੋਈ ਕਿਸੇ ਨੂੰ ਲੱਗਦਾ ਕਿ ਉਹਨਾਂ ਨੂੰ ਪੁਲਿਸ ਜੁਆਇਨ ਕਰਨੀ ਆ ਪੁਲਿਸ ਫੋਰਸ ਜੁਆਇਨ ਕਰਨੀ ਆ ਪੁਲਿਸ ਸਾਡੇ ਵੈਬਸਾਈਟ ਹੈਗੀ ਆ ਕੈਲਗਰੀ ਪੁਲਿਸ ਦੀ ਵੈਬਸਾਈਟ ਹੈਗੀ ਆ ਉਹਦੇ ਸਾਰੇ ਜਿਹੜੇ ਮੈਂ ਸਟੈਪ ਦੱਸਣ ਵਾਲਾ ਤੁਹਾਨੂੰ ਉਹ ਸਾਰੇ ਸਟੈਪ ਉਹਦੇ 'ਚ ਹੈਗੇ ਨੇ ਦੂਜੀ ਗੱਲ ਇਹ ਹੈਗੀ ਆ ਕਿ ਦੇ ਸ਼ੁੱਡ ਹੈਵ ਐਨ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਆ ਮੈਂ ਕਦੇ ਕਵੀ ਕਾਫੀ ਵਾਰੀ ਮੈਂ ਲੋਕਾਂ ਨਾਲ ਮਜ਼ਾਕ ਵੀ ਕਰਦਾ ਬੈਠੇ ਬੈਠੇ ਆਈ ਹੋਪ ਕੋਈ ਬੁਰਾ ਨਾ ਮੰਨੇ ਜਿਹੜੀ ਪੁਲਿਸ ਦੇ ਬਾਰੇ ਆਪਾਂ ਦੇਖਦੇ ਆਂ ਟੀਵੀ 'ਚ ਹਾਲੀਵੁੱਡ ਮੂਵੀਜ਼ ਜਾਂ ਜਾਂ ਆਪਣੇ ਬਾਲੀਵੁੱਡ ਮੂਵੀਜ਼ ਦੇਖ ਰਹੇ ਆਂ ਉਹ ਪੁਲਿਸਿੰਗ ਨਹੀਂ ਹੁੰਦੀ ਇਟਸ ਅ ਵੈਰੀ ਆਪਾ ਕਹਿ ਸਕਦੇ ਇੰਗਲਿਸ਼ ਚ ਸ਼ਬਦ ਇਨ ਦਾ ਗਲੋਰੀਫਾਈਡ ਗਲੋਰੀਫਾਈਡ ਵੇ ਆਫ ਪੁਲਿਸਿੰਗ ਤੇ ਅਗਰ ਲੋਕੀ ਉਹ ਦੇਖ ਕੇ ਕਹਿੰਦੇ ਕਿ ਮੈਂ ਪੁਲਿਸ ਜੁਆਇਨ ਕਰਨੀ ਹੈ ਮੇਬੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਪੁਲਿਸ ਸਿੰਘ ਹੁੰਦੀ ਕੀ ਆ ਮੈਂ ਹੱਸਦਾ ਵੀ ਹੈਗਾ ਕਿ ਸਾਡੀ ਪੁਲਿਸਿੰਗ ਇਹ ਨਹੀਂ ਹੁੰਦੀ ਕਿ ਆਦੇ ਇਧਰ ਜਾਓ ਆਦੇ ਇਧਰ ਜਾਓ ਬਾਕੀ ਮੇਰੇ ਸਾਥ ਆਉ ਤੇ ਨਹੀਂ ਹੁੰਦਾ ਠੀਕ ਹੈ ਤੇ ਉਹੀ ਕਰਕੇ ਦੇ ਸ਼ੁਡ ਹੈਵ ਅ ਗੁੱਡ ਆਈਡੀਆ ਕਿ ਪੁਲਿਸਿੰਗ ਹੁੰਦੀ ਕੀ ਆ ਕਿਉਂਕਿ ਐਸ ਅ ਕਾਂਸਟੇਬਲ ਤੁਸੀਂ ਹੀ ਸਾਰਾ ਕੁਝ ਕਰਨਾ ਨਾ ਤੁਸੀਂ ਕਿਸੇ ਨੂੰ ਕਹਿਣਾ ਕਿ ਤੁਸੀਂ ਜਾ ਕੇ ਇੰਜ ਕਰੋ ਅਰੇਂਜ ਕਰੋ ਇਹ ਤੁਸੀਂ ਅਸ ਐਸ ਅ ਪੈਟਰੋਲ ਆਫਸਰ ਯੂ ਆਰ ਇਨਚਾਰਜ ਆਫ एवरीथिंग ਤੇ ਤੁਸੀਂ ਰਿਪੋਰਟ ਇੰਤੇ ਕਿਸ ਨੂੰ ਕਰਦੇ ਹੋ ਤਾਂ ਹੀ ਸਾਨੂੰ ਟਿਕਟ ਲੈਣ ਵਾਲੇ ਬਹਾ ਬਹਾ ਟਾਈਮ ਲੱਗ ਜਾਂਦਾ ਬਿਲਕੁਲ ਜਿਹੜੇ ਕਨਸਟੇਬਲ ਨੇ ਉਹਨਾਂ ਨੇ ਹੀ ਸਾਰਾ ਕੁਝ ਕਰਨਾ ਜਿੱਦਾਂ ਤੁਸੀਂ ਟਿਕਟ ਦੀ ਗੱਲ ਕੀਤੀ ਟ੍ਰੈਫਿਕ ਇਨਫੋਰਸਮੈਂਟ ਤੁਸੀਂ 911 ਕਾਲ ਕਰਦੇ ਹੋ ਕਨਸਟੇਬਲਸ ਨਹੀਂ ਆਣਾ ਕਦੇ ਸ਼ੂਟਿੰਗ ਹੁੰਦੀ ਹੈ ਉਹਦੇ ਚ ਵੀ ਕਨਸਟੇਬਲਸ ਨਹੀਂ ਆਣਾ ਕੋਈ ਵੀ ਕੋਈ ਡੋਮੈਸਟਿਕ ਸਾਡੀ ਇਸ਼ੂ ਹੁੰਦੀ ਹੈ ਘਰ ਚ ਘਰੇਲੂ ਜਿਹੜੇ ਮਾਮਲੇ ਹੁੰਦੇ ਨੇ ਲੜਾਈ ਝਗੜੇ ਹੁੰਦੇ ਨੇ ਉਹਦੇ ਚ ਵੀ ਕਨਸਟੇਬਲ ਨਹੀਂ ਆਣਾ ਹੋਰ ਕਿਸੇ ਨੇ ਨਹੀਂ ਆਣਾ ਇੱਕ ਚਲ ਮਜ਼ਾਕ ਇੱਕ ਦੋ ਵਾਰੀ ਮੈਂ ਦੇਖਿਆ ਵੀ ਬੰਦੇ ਨੂੰ ਫੜ ਲਿਆ ਤੇ ਫੜਨ ਤੋਂ ਬਾਅਦ ਗੱਡੀ 'ਚ ਬਿਠਾ ਲਿਆ ਹਾਂਜੀ ਤੇ ਉਹ ਮੈਂ ਦੇਖੀ ਜਾਵਾਂ ਵੀ ਯਾਰ ਇਹ ਬੰਦੇ ਹੁਣ ਇਹਨੂੰ ਲੈ ਕੇ ਕਿਉਂ ਨਹੀਂ ਜਾਂਦੇ ਫੜ ਤਾਂ ਲਿਆ ਹੁਣ ਇਹ ਤਾਂ ਨਾ ਤੇ ਉਹ ਉਹ ਫਿਰ ਮੈਂ ਦੇਖੀ ਨਾ ਵੀ ਉਹ ਤਾਂ ਉਹ ਪੇਪਰ ਵਰਕ ਕਰਨ ਨੂੰ ਬੜਾ ਟਾਈਮ ਲੱਗ ਜਾਂਦਾ ਬਿਲਕੁਲ ਬਿਲਕੁਲ ਸਾਡਾ ਪੇਪਰ ਵਰਕ ਵੀ ਕਾਫੀ ਹੁੰਦਾ ਤੇ ਇਹ ਨਾ ਸੋਚੋ ਕਿ ਆਪਾਂ ਕਾਲ ਤੇ ਜਾ ਕੇ ਥੋੜਾ ਜੋ ਵੀ ਆਪਾਂ ਪੁਲਿਸ ਇੰਕਾਰਨੀ ਅਦਾਬ ਛੁੱਟੀ ਹੋ ਗਈ ਜੇ ਇੰਜ ਨਹੀਂ ਹੁੰਦਾ ਹਰ ਕਾਲ ਦੀ ਪੇਪਰ ਵਰਕ ਹੁੰਦਾ ਤੇ ਤੁਸੀਂ ਅਪਲੀਕੇਸ਼ਨ ਦੀ ਗੱਲ ਕੀਤੀ ਲੈਟਸ ਗੋ ਇਨਟੂ ਦੀ ਅਪਲੀਕੇਸ਼ਨ ਸਰ ਦੀ ਅਪਲੀਕੇਸ਼ਨ ਪ੍ਰੋਸੈਸ ਕਿੰਦੀ ਸਭ ਤੋਂ ਪਹਿਲਾਂ ਐਜੂਕੇਸ਼ਨ ਦੀ ਗੱਲ ਕਰੀਏ ਸਾਡੀ ਕਮਿਊਨਿਟੀ ਚ ਕਾਫੀ ਭਲੇਖਾ ਜਿਆ ਹੈਗਾ ਕਿ ਤੁਹਾਨੂੰ ਕ੍ਰਿਮੀਨਲ ਜਸਟਿਸ ਦੀ ਇਹ ਡਿਗਰੀ ਕਰਨੀ ਚਾਹੀਦੀ ਆ ਜਾਂ ਡਿਪਲੋਮਾ ਕਰਨਾ ਚਾਹੀਦਾ ਇਹ ਬਿਲਕੁਲ ਗਲਤ ਹੈ ਤੁਹਾਨੂੰ ਕੋਈ ਕ੍ਰਿਮੀਨਲ ਜਸਟਿਸ ਦੀ ਡਿਗਰੀ ਹਾਸਲ ਕਰਨ ਦੀ ਲੋੜ ਨਹੀਂ ਨਾ ਕੋਈ ਕੋਰਸ ਕਰਨ ਦੀ ਲੋੜ ਆ ਅਨੇਤ ਕਾਰਨ ਇਹ ਹੀ ਹੈਗਾ ਕਿ ਇੱਥੇ ਜਦੋਂ ਤੁਸੀਂ ਤੁਹਾਡੀ ਭਰਤੀ ਹੋਗੀ ਜਦੋਂ ਤੁਸੀਂ ਪਾਸ ਕਰ ਜਾਓਗੇ ਅਪਲੀਕੇਸ਼ਨ ਪ੍ਰੋਸੈਸ ਇੱਥੇ ਤੁਹਾਨੂੰ ਸਾਰਾ ਕੁਝ ਸਿਖਾਣਾ ਹੀ ਆ ਓਕੇ ਫਰਮ ਸਟਾਰਟ ਤੇ ਉਹ ਜਿਹੜਾ ਕੁਝ ਆਪਾਂ ਕ੍ਰਿਮੀਨਲ ਜਸਟਿਸ ਦੇ ਵਿੱਚ ਪੜਨਾ ਹੈ ਜਾਂ ਫਿਰ ਉਹਦੇ ਨਾਲੋਂ ਬੈਟਰ ਤਾਂ ਇਹ ਵੀ ਕਿ ਇੱਥੇ ਜ਼ਿਆਦਾ ਵਧੀਆ ਸਿੱਖਿਆ ਜਾਊਗਾ ਬਿਲਕੁਲ ਸਹੀ ਜਿੱਦਾਂ ਮੈਂ ਮੈਂ ਕਦੀ ਕੋਈ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਵੀ ਮੈਂ ਕਦੀ ਨਾ ਕੋਈ ਕੋਰਸ ਕਿਤੇ ਨਾ ਕੋਈ ਡਿਗਰੀ ਮੈਂ ਕੀਤੀ ਨਾ ਮੈਨੂੰ ਕੋਈ ਆਈਡੀਆ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਤੁਹਾਡੀ ਤਾਂ ਲਾਈਨ ਸਟੱਡੀ ਵਾਲੀ ਬਿਲਕੁਲ ਡਿਫਰੈਂਟ ਰਹੀ ਹੈ ਪਰ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਹਮੇਸ਼ਾ ਇਹ ਬਣਿਆ ਹੁੰਦਾ ਕਿ ਅਸੀਂ ਪਲੱਸ 2 ਤੋਂ ਬਾਅਦ ਕ੍ਰਿਮੀਨਲ ਜਸਟਿਸ ਚਾਹੀਏ ਤੇ ਫਿਰ ਅਸੀਂ ਪੁਲਿਸ 'ਚ ਭਰਤੀ ਹੋ ਜਾਣਾ ਹਾਂ ਹਾਂਜੀ ਹਾਂਜੀ ਅਸੀਂ ਇਹੀ ਬੱਚਾ ਨੂੰ ਰეკਮੈਂਡ ਕਰਦੇ ਹਾਂ ਸਪੈਸ਼ਲੀ ਨਵੇਂ ਜਿਹੜੇ ਐਪਲੀਕੈਂਟਸ ਹੈਗੇ ਨੇ ਅਮ ਕਿ ਤੁਸੀਂ ਐਜੂਕੇਸ਼ਨ ਦੇ ਬਾਰੇ ਤੁਸੀਂ ਸੋਚੋ ਬਟ ਡੋਨਟ ਥਿੰਕ ਅਬਾਟ ਕ੍ਰਿਮੀਨਲ ਜਸਟਿਸ ਹਮ ਸਾਡੇ ਅੱਜਕਲ ਜਿਹੜੇ ਰਿਕਰੂਟਸ ਆ ਰਹੇ ਨੇ ਇਹ ਤੇ ਟੈਕਨੀਕਲ ਫੀਲਡਸ ਹੈਗੇ ਨੇ ਇੰਜੀਨੀਅਰਿੰਗ ਫੀਲਡਸ ਹੈਗੇ ਨੇ ਕੋਈ ਕੋਈ ਪੀ ਐਚ ਡੀ ਵਾਲੇ ਵੀ ਹੈਗੇ ਨੇ ਆ ਕੋਈ ਡਾਕਟਰਸ ਵੀ ਹੈਗੇ ਲੋਅਰਸ ਹੈਗੇ ਨੇ ਆ ਮਿਲਟਰੀ ਤੋਂ ਕਾਫੀ ਲੋਕੀ ਇੱਥੇ ਪੁਲਿਸ ਜੁਆਇਨ ਕਰਦੇ ਨੇ ਇਹਨਾਂ ਕੋਲ ਕਿਸੇ ਕੋਲ ਵੀ ਕ੍ਰਿਮਨਲ ਜਸਟਿਸ ਦਾ ਕੋਈ ਐਜੂਕੇਸ਼ਨ ਨਹੀਂਗੀ ਤੇ ਉਹਦੀ ਲੋੜ ਨਹੀਂ ਹੁੰਦੀ ਸੋ ਆ ਜਸਟ ਵਾਂਟ ਟੂ ਮੇਕ ਸ਼ੋਰ ਕਿ ਸਾਰੇ ਅੰਡਰਸਟੈਂਡ ਕਰਦੇ ਤੁਹਾਨੂੰ ਉਹ ਚੀਜ਼ ਦੀ ਲੋੜ ਨਹੀਂ ਹੁੰਦੀ ਤੇ education ਦੇ ਬਾਅਦ ਇੱਕ ਹੋਰ ਚੀਜ਼ ਤੁਹਾਡੀ ਐਪਲੀਕੇਸ਼ਨਸ ਦੇਖੀ ਜਾਊਗੀ ਉਹਨੂੰ ਕਹਿੰਦੇ ਵੌਲੰਟੀਅਰ ਐਕਸਪੀਰੀਅੰਸ ਤੁਹਾਡੀ ਕਮਿਊਨਿਟੀ ਕਮਿਟਮੈਂਟ ਕਿੰਨੀ ਆ ਕਮਿਊਨਿਟੀ ਨਾਲ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹ ਕਾਫੀ ਵੱਡੀ ਗੱਲ ਹੁੰਦੀ ਆ ਕਿਉਂਕਿ ਹਾਇਰਿੰਗ ਬੇਸਡ ਹੁੰਦੀ ਆ এডਿਕੇਸ਼ਨ ਯੂਅਰ ਵੌਲੰਟੀਅਰ ਐਕਸਪੀਰੀਅੰਸ ਐਂਡ ਯੂਅਰ ਵਰਕ ਐਕਸਪੀਰੀਅੰਸ ਵੌਲੰਟੀਅਰ ਐਕਸਪੀਰੀਅੰਸ ਦੇ ਵਿੱਚ ਦੱਸੋ ਜੀ ਇਹਦੇ ਵਿੱਚ ਵੀ ਕਈ ਬੰਦਿਆਂ ਨੂੰ ਇਹ ਕਿ ਕਿਹੜੀਆਂ ਚੀਜ਼ਾਂ ਐਡ ਹੁੰਦੀਆਂ ਕੀ ਇੱਕ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਸੇਵਾ ਕਰਨਾ ਉਹੀ ਵਲੰਟੀਅਰ ਆ ਜਾਂ ਕਿਸੇ ਸੋਸ਼ਲ ਗੈਦਰਿੰਗ ਦੇ ਵਿੱਚ ਜਾ ਕੇ ਤੁਸੀਂ ਉੱਥੇ ਕੋਈ 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 ਫੰਕਸ਼ਨ ਹੁੰਦਾ ਹੈ ਕੋਈ ਕਲਚਰਲ ਹੁੰਦਾ ਹੈ ਉੱਥੇ ਤੁਸੀਂ ਵਲੰਟੀਅਰ ਕਰਦੇ ਹੋ ਤੇ ਇਹਦੇ ਵਿੱਚ ਵੀ ਦੱਸੋ ਕਿ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਤੁਕਰੀ preference ਕਿ ਕਿਸੇ ਇੱਕ ਗੱਲ ਨੂੰ ਨਹੀਂ ਦਿੱਤੀ ਜਾਂਦੀ ਬਟ ਅਗਰ ਤੁਸੀਂ ਫॉर ਐਗਜ਼ਾਮਪਲ ਕਮਿਊਨਿਟੀ ਸੇਵਾ ਜਦਾਂ ਤੁਸੀਂ ਗੁਰਦੁਆਰੇ ਸਾਹਿਬ ਦੀ ਗੱਲ ਕੀਤੀ ਉਹ ਦੈਟਸ ਗੁੱਡ ਬਟ ਇੱਥੇ ਕਾਫੀ ਇਹੋ ਜੀ ਨੋਟ ਫॉर ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਜੀ ਅਗਰ ਤੁਸੀਂ ਉਹਨਾਂ ਨਾਲ ਵੋਲੰਟੀਅਰ ਕਰਦੇ ਹੋ ਉਹ ਫਿਰ ਕਾਫੀ ਕਾਫੀ ਉਹਨਾਂ ਦੀ ਤੁਹਾਡੀ ਐਪਲੀਕੇਸ਼ਨ ਨੂੰ ਕਾਫੀ ਸਟਰੋਂਗ ਬਣਾਉਂਦੇ ਨੇ ਉਹਦੀ ਐਕਸਪੀਰੀਅੰਸ ਕਿਉਂਕਿ ਸਾਨੂੰ ਪਤਾ ਕਿ ਉਹ ਨੋਟ ਫॉर ਪ੍ਰੋਫਿਟ ਜਿਹੜੇ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਕਾਫੀ ਲੋੜ ਪੈਂਦੀ ਵੋਲੰਟੀਅਰਸ ਦੀ ਹਾਂ ਗੁਰਦਾਰ ਸਾਹਿਬ ਤੁਸੀਂ ਵੋਲੰਟੀਅਰ ਕਰਦੇ ਹੋ ਉਹ ਵੀ ਚੰਗੀ ਗੱਲ ਆ ਕਿਸੇ ਇਵੈਂਟ ਤੇ ਤੁਸੀਂ ਵੋਲੰਟੀਅਰ ਕਰਦੇ ਹੋ ਉਹ ਵੀ ਚੰਗੀ ਗੱਲ ਆ ਤੇ ਇਹਨਾਂ ਸੋਚੋ ਕਿ ਮੈਂ ਕਿਹੜੇ ਵੋਲੰਟੀਅਰ ਆਰਗੇਨਾਈਜੇਸ਼ਨ ਕੋਲ ਜਾਵਾਂ ਐਸ ਲੋੰਗ ਐਸ ਤੁਸੀਂ ਵੋਲੰਟੀਅਰ ਕਰਦੇ ਹੋ ਕਿਉਂਕਿ ਜੇ ਤੁਸੀਂ ਆਪਣੀ ਅਪਲੀਕੇਸ਼ਨ 'ਚ ਸਾਰੀ ਇਨਫੋਰਮੇਸ਼ਨ ਪਾਓਗੇ ਜਿਨ੍ਹਾਂ ਨਾਲ ਤੁਸੀਂ ਵੋਲੰਟੀਅਰ ਕੀਤਾ ਉਹਨਾਂ ਦੀ ਰੈਫਰੈਂਸ ਤੁਹਾਨੂੰ ਦੇਣੀ ਪੈਣੀ ਹੈ ਕਿ ਫਿਰ ਕਾਲਗੀ ਪੁਲਿਸ ਉਹਨਾਂ ਨੂੰ ਕਾਲ ਕਰਕੇ ਵੀ ਪੁੱਛਣਾ ਕਿ ਹਾਂ ਉਹ ਡਾਕੂਮੈਂਟ ਲੈ ਕੇ ਆਵੇ ਜਾਂ ਉੱਥੇ ਰਜਿਸਟਰਡ ਕਰਾ ਕੇ ਆਵੇ ਕਿ ਮੈਂ ਵਲੰਟੀਅਰ ਕੀਤਾ ਨਹੀਂ ਇਹਦੀ ਲੋੜ ਨਹੀਂ ਤੁਸੀਂ ਐਜ਼ ਲੌਂਗ ਐਸ ਤੁਸੀਂ ਆਪਣੀ ਐਪਲੀਕੇਸ਼ਨ ਦੇ ਚੀਜ਼ਾਂ ਦੇ ਲਿਖ ਸਕਦੇ ਹੋ ਐਡ ਚਲੋ ਐਡਰੈਸ ਨਹੀਂ ਅਗਰ ਤੁਹਾਨੂੰ ਆਰਗੇਨਾਈਜੇਸ਼ਨ ਦਾ ਨਾਮ ਪਤਾ ਕੰਟੈਕਟ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਆ ਬਾਕੀ ਸਾਰਾ ਸਾਡਾ ਕੰਮ ਹੈ ਐਸੀ ਦੇਖਣਾ ਕਿ ਤੁਸੀਂ ਕਿਤਾ ਕੀ ਆ ਜੀ ਜੀ ਤੇ ਤੁਹਾਡਾ ਸਾਨੂੰ ਇਸ ਸਟੈਪ ਬਾਈ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ 10 ਕ ਸਟੈਪ ਹੁੰਦੇ ਆ ਉਹ ਸਾਨੂੰ ਸਟੈਪ ਦੱਸੋ ਮੜ ਜਾ ਜੀ ਕਿਸ ਤਰ੍ਹਾਂ ਓਕੇ ਜੀ ਸਭ ਤੋਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਭਰੀ ਜਾਊਗੀ ਐਪਲੀਕੇਸ਼ਨ ਤੁਹਾਡੀ ਅੱਜਕੱਲ੍ਹ ਆਨਲਾਈਨ ਹੈਗੀ ਆ ਜੀ ਤੇ ਤੁਸੀਂ ਕੈਲ ਗ੍ਰੀਪਲੀਸਟ ਦੀ ਵੈਬਸਾਈਟ ਤੇ ਜਾ ਕੇ ਐਪਲੀਕੇਸ਼ਨ ਦੇਖ ਸਕਦੇ ਹੋ ਇਹ ਐਪਲੀਕੇਸ਼ਨ ਕਾਫੀ ਡੀਟੇਲਡ ਹੁੰਦੀ ਆ ਆਲਮੋਸਟ 100 ਪੇजेस ਐਂਡ ਅਬੋਵ ਤੇ ਤੁਹਾਨੂੰ ਸਾਰਾ ਕੁਝ ਉਹਦੇ ਚ ਦੱਸਣਾ ਪੈਣਾ ਸਪੈਸ਼ਲੀ ਆਫਟਰ ਦੀ ਏਜ ਆਫ 18 ਤੁਸੀਂ ਕਿੱਥੇ ਰਹਿੰਦੇ ਸੀ ਕਿੰਨੂ ਮਿਲਦੇ ਸੀ ਕਿਹਦੇ ਨਾਲ ਰਹਿੰਦੇ ਸੀ ਇਹ ਸਾਰੀ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਣੀ ਤੁਸੀਂ ਕਿੱਥੇ ਕੰਮ ਕਰਦੇ ਸੀ ਕੰਮ ਦੀ ਰੈਫਰੈਂਸ ਕੰਮ ਦੇ ਰੈਫਰੈਂਸ ਤੁਹਾਨੂੰ ਦੇਣੇ ਪੈਣੇ ਵੌਲੰਟੀਅਰ ਦੇ ਰੈਫਰੈਂਸ ਦੇਣੇ ਪੈਣੇ ਐਂਡ ਸਬ ਤੋਂ ਇੰਪੋਰਟੈਂਟ ਤੁਸੀਂ ਵਰਕ ایکسپੀਰੀਅੰਸ ਜਿਹੜੇ ਤੁਸੀਂ ਮੈਂ ਜਦ ਦੀ ਮੈਂ ਗੱਲ ਕਰਦਾ ਇਹ ਵਰਕ ایکسپੀਰੀਅੰਸ ਤੁਸੀਂ ਕਿਹੋ ਜਿਹਾ ਵਰਕ ایکسپੀਰੀਅੰਸ ਲਿਆ ਤਾਂ ਤੁਸੀਂ ਕਿਹਦੇ ਨਾਲ ਕੰਮ ਕੀਤਾ ਜੀ ਉਹ ਸਾਰੀ ਚੀਜ਼ਾਂ ਤੁਹਾਨੂੰ ਲਿਖਣੀ ਪੈਣੀ ਆ ਹੂੰ ਉਹਦੇ ਬਾਅਦ ਰੈਫਰੈਂਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਪਾਣੀ ਪੜਨੇ ਆ ਤੁਸੀਂ ਜਿਨ੍ਹਾਂ ਨਾਲ ਰਹਿੰਦੇ ਸੀ ਉਹਨਾਂ ਦੀ ਇਨਫੋਰਮੇਸ਼ਨ ਪਾਣੀ ਪੈ ਬੇਸ਼ੱਕ ਅਗਰ ਤੁਸੀਂ ਇੰਡੀਆ ਵੀ ਰਹਿੰਦੇ ਸੀ ਉਹ ਵੀ ਇਨਫੋਰਮੇਸ਼ਨ ਤੁਹਾਨੂੰ ਪਾਣੀ ਪੜਣੀ ਆ ਕਿਉਂਕਿ ਉਹ ਵੀ ਰੈਫਰੈਂਸ ਚੈੱਕ ਹੋਊਗੀ ਕੀ ਅਸੀਂ ਆਪਣੇ ਪੇਰੈਂਟਸ ਨਾਲ ਰਹਿੰਦੇ ਸੀ ਉੱਥੇ ਅ ਪੇਰੈਂਟਸ ਨਹੀਂ ਅਗਰ ਤੁਸੀਂ 18 ਇਅਰਸ ਦੇ ਓਵਰ ਤੁਸੀਂ ਹੁੰਦੇ ਹੋ ਤੇ ਉੱਥੇ ਕਿਸੇ ਨਾਲ ਰਹਿੰਦੇ ਸੀ ਜਾਂ ਪੇਰੈਂਟਸ ਨਾਲ ਉਹ ਵੀ ਗੱਲ ਹੁੰਦੀ ਹੈ ਕਿ ਤੁਸੀਂ ਕਿਹੜੇ ਅ ਜ਼ਿਲ੍ਹੇ ਚ ਰਹਿੰਦੇ ਸੀ ਕਿਹੜੇ ਪਿੰਡ ਚ ਰਹਿੰਦੇ ਸੀ ਉਹ ਵੀ ਸ਼ਾਇਦ ਪੁਲਿਸ ਚ ਰੈਫਰੈਂਸ ਚੈੱਕ ਕਰ ਸਕਦੇ ਅਸੀਂ ਓਕੇ ਇਹ ਜਿਹੜਾ ਬੈਕਗਰਾਉਂਡ ਚੈੱਕ ਕਰਦੇ ਹਾਂ ਇਹ ਕਿੰਨੇ ਕ ਸਾਲਾਂ ਦਾ ਹੁੰਦਾ ਹੈ ਆਲਮੋਸਟ ਇਹ ਫਰਮ ਯਰ ਫਰਮ ਏਜ ਆਫ 18 ਬਟ ਮਰਸਲੀ ਪਾਸ 5 ਇਅਰਸ ਤੁਸੀਂ ਕਿੱਥੇ ਸੀਗੇ ਓਕੇ ਯਾ ਪਾਸ 5 ਇਅਰਸ ਤੁਸੀਂ ਕਿੱਥੇ ਰਹਿੰਦੇ ਸੀ ਕਿੱਥੇ ਤੁਸੀਂ ਤੁਹਾਡਾ ਅ ਰੈਜ਼ੀਡੈਂਸ ਪ੍ਰਾਇਮਰੀ ਰੈਜ਼ੀਡੈਂਸੀ ਤੁਹਾਡਾ ਕਿੱਥੇ ਸੀਗਾ ਉਹ ਗੱਲਾਂ ਹੁੰਦੀ ਆ ਹਮਮ ਤੇ ਨੈਕਸਟ ਸਟੈਪ ਕੀ ਰਹਿੰਦਾ ਜੀ ਫਿਰ ਇਹਦੇ ਵਿੱਚ ਓਕੇ ਅਪਲੀਕੇਸ਼ਨ ਪ੍ਰੋਸੈਸ ਦੇ ਬਾਅਦ ਤੁਸੀਂ ਅਪਲੀਕੇਸ਼ਨ ਭਰੋਗੇ ਤੁਹਾਡੀ ਅਪਲੀਕੇਸ਼ਨ ਸਟੈਪ ਨੰਬਰ 2 ਰਿਵਿਊ ਹੋਗੀ ਉਹਨਾਂ ਨੇ ਇਹੀ ਦੇਖਣਾ ਕਿ ਤੁਹਾਡੀ ਆਰ ਯੂ ਅ ਗੁੱਡ ਫਿਟ ਇਹ ਜਨਰਲ ਉਹਨਾਂ ਨੇ ਓਵਰਵਿਊ ਕਰਨਾ ਹੈ ਅਪਲੀਕੇਸ਼ਨ ਦਾ ਉਹਦੇ ਬਾਅਦ ਸਟੈਪ ਨੰਬਰ 3 ਹੁੰਦਾ ਉਹਨਾਂ ਨੇ ਤੁਹਾਨੂੰ ਕਾਲ ਕਰਨਾ ਰਿਟਨ ਟੈਸਟ ਲਈ ਜੀ ਰਿਟਨ ਟੈਸਟ ਨੂੰ ਅੱਜਕੱਲ ਕਈ ਦਾ ਐਪਕੈਟ ਐਪਟੀਟਿਊਡ ਟੈਸਟ ਹੁੰਦਾ ਅਗਰ ਤੁਸੀਂ ਏ ਐਪਟੀਟਿਊਡ ਟੈਸਟ ਰਿਟਨ ਟੈਸਟ ਪਾਸ ਕਰ ਜਾਂਦੇ ਹੋ ਉਹਦੇ ਬਾਅਦ ਤੁਹਾਡਾ ਫਿਜ਼ੀਕਲ ਐਗਜ਼ਾਮ ਹੁੰਦਾ ਜੀ ਤੇ ਫਿਜ਼ੀਕਲ ਐਗਜ਼ਾਮ ਇੱਥੇ ਹੀ ਇਨ ਹਾਊਸ ਹੁੰਦਾ ਸਾਡਾ ਸਾਰਾ ਕੁਝ ਉਹਦੇ ਵਿੱਚ ਤੁਹਾਡੀ ਰਨਿੰਗ ਇਨਵੋਲਡ ਹੁੰਦੀ ਹੈ ਬੇਸਿਕ ਕਾਰਡੀਓ ਹਮ ਲਿਫਟਿੰਗ ਥੋੜੀ ਇਨਵੋਲਡ ਹੁੰਦੀ ਹੈ ਸਰਕਟ ਹੁੰਦਾ ਉਹ ਤੁਹਾਨੂੰ ਕਰਨਾ ਪੈਣਾ ਹਮ ਸੋ ਇਹ ਚੀਜ਼ਾਂ ਸਾਰੇ ਦੇਖਦੇ ਨੇ ਇਹ ਸੰ ਥੋੜਾ ਫਿਜ਼ੀਕਲ ਦੇ ਵਿੱਚ ਦੱਸੋ ਕਿ ਬੰਦਾ ਕਿਦਾਂ ਦਾ ਹੋਵੇ ਦੇਖੋ ਜੀ ਮੈਂ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਕਿ ਸਾਡੇ ਜਿਹੜੇ ਚਲੋ ਇਹ ਨਹੀਂ ਕਹਾਂਗਾ ਪਿਲੇਖਾ ਸਾਡਾ ਬਟ ਜਿਹੜੀ ਸਾਡੇ ਦਿਮਾਗ 'ਚ ਗੱਲਾਂ ਹੁੰਦੀ ਹੈ ਕਿ ਹਟਾ-ਕਟਾ 6 ਫੁੱਟ ਤੁਸੀਂ ਪੁਲਿਸ 'ਪੱਕੇ ਤੋਂ ਪੁਲੇਖਾ ਕੱਢ ਵੀ ਸਕਦੇ ਹੋ ਪੁਲਿਸ ਨੇ ਪੱਕੇ ਤੋਂ ਕੱਢ ਸਕਦੇ ਹੋ ਤੇ ਇਹੀ ਗੱਲ ਨਹੀਂ ਹੁੰਦੀ ਕਿ ਬੰਦਾ ਹਟਾ-ਕਟਾ ਜਿੰਮ ਜਾਂਦਾ 6 ਫੁੱਟ ਇਹ ਸਾਡੇ ਪੁਲਿਸ ਇਹ ਨਹੀਂ ਹੁੰਦੀ ਇਹ ਤੁਹਾਡੀ ਤੁਹਾਨੂੰ ਹੁੰਦਾ ਬੇਸਿਕਲੀ ਕਿ ਤੁਸੀਂ ਫਿਜ਼ੀਕਲੀ ਐਕਟਿਵ ਹੈਗੇ ਹੋ ਕਿ ਤੁਸੀਂ ਭੱਜ ਸਕਦੇ ਹੋ ਕਿਉਂਕਿ ਇਹ ਜੌਬ 'ਚ ਤੁਹਾਨੂੰ ਕਾਰਡੀਓ ਕਾਫੀ ਇੰਪੋਰਟੈਂਟ ਹੁੰਦੀ ਹੈ ਸਟਰੈਂਥ ਟ੍ਰੇਨਿੰਗ ਇੰਪੋਰਟੈਂਟ ਹੁੰਦੀ ਹੈ ਜਸਟ ਬਿਕੋਜ਼ ਤੁਸੀਂ ਸਟਰੈਂਥ ਟ੍ਰੇਨਿੰਗ ਕਰਦੇ ਹੋ ਇਹਦਾ ਇਹ ਮਤਲਬ ਨਹੀਂ ਤੁਹਾਡੂ ਵੱਡੇ ਤੁਹਾਡੇ ਯੂ ਨੋ ਸਰੀਰ ਤੁਹਾਡਾ ਵੱਡਾ ਤੁਸੀਂ ਮਸਲ ਤੁਹਾਡੇ ਕੋਲ ਹੈਗੇ ਨੇ ਕਿਉਂਕਿ ਮੈਂ ਸਾਡਾ ਕੰਪੈਰੀਜ਼ਨ ਮਿਲਟਰੀ ਨਾਲ ਹੁੰਦਾ ਓਕੇ ਤੁਸੀਂ ਅਗਰ ਮਿਲਟਰੀ ਨੂੰ ਦੇਖੋ ਜਦੋਂ ਆਪਾਂ ਗੱਲ ਕਰਦੇ ਸੀ ਤੁਸੀਂ ਆਪਣੇ ਲੈਟਸ ਸੇ ਆਪਣੇ ਫੌਜੀ ਸਿੱਖ ਰੈਜੀਮੈਂਟ ਤੇ ਦੇਖ ਲਓ ਉਹ ਉਹ ਤੁਹਾਨੂੰ ਹੱਟੇ ਕੱਟੇ ਨਹੀਂ ਲੱਗਣਗੇ ਬਟ ਉਹ ਉਹਨਾਂ ਦੀ ਸਟਰੈਂਥ ਜਿਹੜੀ ਹੁੰਦੀ ਆ ਉਹ ਆਈ ਡੋਨਟ ਥਿੰਕ ਕੋਈ ਪਾਸ ਕਰ ਸਕਦਾ ਤੇ ਉਹ ਉਹ ਚੀਜ਼ ਦੇ ਬਾਰੇ ਆਪਾਂ ਗੱਲ ਕਰਦੇ ਸਟਰੈਂਥ ਟ੍ਰੇਨਿੰਗ ਦੀ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਨੈਕਸਟ ਸਟੈਪ ਕੀ ਹੁੰਦਾ ਜੀ ਇਹਦੇ ਬਾਅਦ ਅਗਰ ਤੁਸੀਂ A ਸਟੈਪ ਪਾਸ ਕਰ ਜਾਂਦੇ ਹੋ ਤੁਹਾਡੀ ਇੰਟਰਵਿਊ ਹੋਗੀ ਤੁਹਾਡੇ ਫਾਇਲ ਮੈਨੇਜਰ ਨਾਲ ਇਹ ਇੰਟਰਵਿਊ ਚ ਇਹੀ ਹੋਊਗਾ ਕਿ ਜਿਹੜੀ ਚੀਜ਼ਾਂ ਤੁਸੀਂ ਆਪਣੇ ਐਪਲੀਕੇਸ਼ਨ ਫਾਰਮ ਚ ਭਰੀਆਂ ਜਿਹੜੀ ਵੀ ਐਪਲੀਕੇਸ਼ਨ ਤੁਸੀਂ ਇਨਫੋਰਮੇਸ਼ਨ ਭਰੀਆ ਉਹ ਚੈੱਕ ਕਰਨ ਕਿ ਕੀ ਦੱਸੋ ਜੀ ਇਹ ਗੱਲ ਤੁਸੀਂ ਦੱਸੀ ਆ ਇਹ ਸੱਚ ਹੈ ਕਿ ਨਹੀਂ ਉਹ ਤੁਹਾਡੀ ਜਨਰਲ ਇੰਟਰਵਿਊ ਹੁੰਦੀ ਆ ਅਗਰ A ਸਟੈਪ ਤੁਸੀਂ ਪਾਸ ਕਰ ਜਾਂਦੇ ਹੋ ਉਹਦੇ ਬਾਅਦ ਤੁਹਾਡੀ ਪੈਨਲ ਇੰਟਰਵਿਊ ਹੁੰਦੀ ਆ ਪੈਨਲ ਇੰਟਰਵਿਊ ਸਾਡੇ ਹੁੰਦੇ ਨੇ ਕਲਕੱਤਾ ਪੁਲਿਸ ਦੇ ਆਫਸਰਸ ਹੁੰਦੇ ਨੇ ਸੀਨੀਅਰ ਆਫਸਰਸ ਹੁੰਦੇ ਨੇ ਉਹਨਾਂ ਨੇ ਤੁਹਾਡੇ ਨਾਲ ਬੈਠਣਾ 3 ਨਾਰਮਲੀ 3 ਆਫਸਰਸ ਇਨਵੋਲਵ ਹੁੰਦੇ ਨੇ ਜੀ ਤੁਸੀਂ ਤੁਹਾਡੀ ਇੰਟਰਵਿਊ ਹੋਊਗੀ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਉਹਦੀ ਉਹਨਾਂ ਦਾ ਕੁਐਸਚਨ ਦਾ ਆਨਸਰ ਜਿਹੜਾ ਹੁੰਦਾ ਇੱਕ ਸਟਾਰ ਫਾਰਮੈਟ ਜਿਹਨੂੰ ਆਪਾਂ ਕਹਿੰਦੇ ਉਹ ਤੁਹਾਨੂੰ ਫੋਲੋ ਕਰਨਾ ਪੈਣਾ ਆ ਬਾਈ ਦੋਏ ਇਹਦੀ ਟ੍ਰੇਨਿੰਗ ਵੀ ਅਸੀਂ ਦਿੰਦੇ ਆ ਕਰ ਕਿਸੇ ਨੂੰ ਅਪਲੀਕੇਸ਼ਨ ਭਰਨੀ ਹੋਵੇ ਇੰਟਰਵਿਊ ਦੀ ਟ੍ਰੇਨਿੰਗ ਵੀ ਆਪਾਂ ਅੱਜਕੱਲ ਦੇ ਰਹੇ ਹਾਂ ਸੋ ਜੇਕਰ ਕੋਈ ਐਪਲੀਕੈਂਟ ਹੈਗਾ ਉਹਨਾਂ ਨੂੰ ਲੱਗਦਾ ਕਿ ਇੰਟਰਵਿਊ ਦੀ ਕੋਈ ਪਾਉਂ ਹੈਗੀ ਹੈ ਵੀ ਕੈਨ ਆਲਵੇਸ ਗਿਵ them the ਟ੍ਰੇਨਿੰਗ ਵਾਂਸ ਯੂ ਪਾਸ ਥੈਟ ਪੈਨਲ uh psychology uh, psychological mm. testing psychological testing کافی ਲੰਬੀ ਟੈਸਟਿੰਗ ਹੁੰਦੀ ਐ ਇਟਸ ਐਕਚੁਅਲੀ ਮਲਟੀਪਲ ਚੁਆਇਸ ਕੁਐਸਚਨਸ ਹੁੰਦੇ ਨੇ ਆਲਮੋਸਟ ਮੈਨੂੰ ਯਾਦ ਹੈ ਪੰਜ 6 ਘੰਟੇ ਲੱਗ ਜਾਂਦੇ ਨੇ ਤੇ کافی ਇੰਟੈਂਸਿਵ ਇੱਕ کافی ਟੈਸਟ ਹੁੰਦਾ ਜਿੱਥੇ ਸਵਾਲ ਪੁੱਛੇ ਜਾਣਗੇ ਜਸਟ ਟੂ ਫਿਗਰ ਆਊਟ ਵਾਟ ਕਾਈਂਡ ਆ ਪਰਸਨ ਯੂ ਆਰ ਤਾਂ ਤੜੀ um ਕਿਹਨਾ ਤਾਈਦਕ ਪਰਸਨੈਲਿਟੀ ਕਾਈਂਡ ਆ ਜਜ ਕਰ ਸਕਦੇ ਤੁਸੀਂ ਕਿਹੋ ਜੇ ਹੋਗੇ ਤੁਸੀਂ ਸੱਚ ਗੱਲ ਦੱਸ ਦਿਓ ਕਿ ਨਹੀਂ ਹਮਮ ਇਸ ਸਟੈਪ ਤੁਸੀਂ ਪਾਸ ਕਰ ਜਾਂਦੇ ਹੋ ਉਹਦੇ ਬਾਅਦ ਤੁਹਾਡੀ ਪੋਲੀਗ੍ਰਾਫ ਟੈਸਟਿੰਗ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਲਾਈ ਡਿਟੈਕਟਰ ਟੈਸਟ ਹੂੰ ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਹਾਂਜੀ ਇਹ ਸੈਂਪਲ ਭਾਵੇਂ ਕਿ ਕਿ ਆਮ ਬੰਦੇ ਵੀ ਗੱਲ ਸਮਝ ਵੀ ਲੈਂਦੇ ਇਹ ਲੱਗਦੀ ਜੀ ਇਹ ਲਾਈ ਡਿਟੈਕਟਰ ਟੈਸਟ ਜਿੱਦਾਂ movies ਆਪਾਂ ਦੇਖਦੇ ਆ ਬੈਠੇ ਤੁਸੀਂ ਹੁੰਦੇ ਆ ਤੁਹਾਨੂੰ ਕੋਈ ਨੋਡਸ ਲਾਏ ਹੁੰਦੇ ਨੇ ਤੇ ਤੁਹਾਨੂੰ ਕੁਐਸਚਨ ਉਹ ਪੁੱਛਣਗੇ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਜਿਹੜੇ ਐਪਲੀਕੇਸ਼ਨ ਫਾਰਮ ਚ ਤੁਸੀਂ ਭਰ ਰਹੇ ਨੇ ਜਿਹੜਾ ਫੀਡਬੈਕ ਤੁਸੀਂ ਦੋਗੇ ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਜਾਣਾ ਉਹ ਤੁਸੀਂ ਜੋ ਸਵਾਲ ਦਾ ਜਵਾਬ ਜਿਹੜਾ ਦਿੱ okay eh. ਕਾਫੀ ਮੇਰੇ ਲਈ ਉਹ ਸਭ ਤੋਂ ਸਟ੍ਰੈਸਫੁਲ ਗੱਲ ਸੀ ਕਿ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਨਿਕਲ ਜਾਊ ਕਿ ਮੈਨੂੰ ਤਾਂ ਸੀਗਾ ਜਿਹੜੀ ਗੱਲ ਸੀਗੀ ਮੈਂ ਦੱਸ ਤੀ ਜੋ ਲਿਖਿਆ ਉਹ ਇਹਦੇ ਵਿੱਚ ਬੋਲਣਾ ਨਹੀਂ ਪੈਂਦਾ ਉਹ ਆਪਣੇ ਪਸੰਦ ਨੂੰ ਨਹੀਂ ਨਹੀਂ ਬੋਲਣਾ ਪੈਂਦਾ ਤਾਂ ਆਨਸਰ ਦੇਣਾ ਪੈਣਾ ਤੇ ਜਿਹੜਾ ਜਿਹੜਾ ਆਨਸਰ ਦਿੰਦੇ ਉਹ ਜਿਹੜਾ ਫੀਡਬੈਕ ਆਉਂਦਾ ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕੀ ਕੀ ਗੱਲ ਹੋ ਰਹੀ ਹੈ ਇੱਥੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਝੂਠ ਬੋਲ ਰਹੇ ਹੋ ਜੀ ਤੇ ਇਹ ਲਾਈ ਡਿਟੈਕਟਰ ਟੈਸਟ ਕਾਫੀ ਲੋਕਾਂ ਨੂੰ ਡਰ ਲੱਗਦਾ ਇਹਦੇ ਤੋਂ ਬਟ ਇਹ ਅਗਰ ਤੁਸੀਂ ਐਪਲੀਕੇਸ਼ਨ 'ਚ ਸਹੀ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਕਦੀ ਕੋਈ ਡਰ ਨਹੀਂ ਹੋ ਜੋ ਇਸ਼ੂਸ ਤੁਹਾਡੇ ਹੈਗੀਆਂ ਦੱਸ ਦਿਓ ਜੀ ਇਟਸ ਬੈਟਰ ਟੂ ਬੀ ਅ ਅਪ ਫਰੰਟ ਜਿੰਨੂ ਕਹਿੰਦਾ ਸਾਰੀ ਇਨਫੋਰਮੇਸ਼ਨ ਤੁਸੀਂ ਦੱਸ ਦਿਓ ਐਂ ਜੇ ਨਾ ਹੋਏ ਕਿ ਤੁਸੀਂ ਇਨਫੋਰਮੇਸ਼ਨ ਦੱਸ ਹੀ ਨਹੀਂ ਬਾਅਦ ਚ ਜਾ ਕੇ ਸਾਨੂੰ ਰੈਫਰੈਂਸ ਸਟੈਟ ਚ ਪਤਾ ਲੱਗ ਜਾਵੇ ਕਿ ਤੁਸੀਂ ਇਨਫੋਰਮੇਸ਼ਨ ਦੱਸ ਹੀ ਨਹੀਂ ਉਦੋਂ ਫਿਰ ਕਾਫੀ ਪ੍ਰੋਬਲਮ ਆ ਜਾਂਦੀਆਂ ਜੀ ਉਦੋਂ ਡੈਫਰਲ ਹੋ ਜਾਂਦੀ ਡੈਫਰਡ ਮਤਲਬ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਇਹ ਝੂਠ ਬੋਲਿਆ ਹਾਂ ਜੀ ਬਿਲਕੁਲ ਜੀ ਅ ਇੱਕ ਵਾਰੀ ਤੁਹਾਡੀ ਪੋਲੀਗ੍ਰਾਫ ਐਗਜ਼ਾਮੀਨੇਸ਼ਨ ਤੁਹਾਡਾ ਹੋ ਜਾਂਦਾ ਉਹਦੇ ਬਾਅਦ ਤੁਹਾਡੀ ਬੇਸਿਕਲੀ ਤੁਸੀਂ ਆਲ ਦਾ ਸਟੈਪਸ ਤੁਸੀਂ ਪਾਸ ਕਰ ਗਏ ਹੁਣ ਤੁਹਾਡੀ ਫਾਈਲ ਜਾਊਗੀ ਰਿਵਿਊ ਲਈ ਜੀ ਬੋਰਡ ਮੈਂਬਰਸ ਹੋਣਗੇ ਉਹਨਾਂ ਨੇ ਤੁਹਾਡੀ ਫਾਈਲ ਦੇਖਣੀ ਆ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਪਾਸ ਹੋਏ ਨੇ ਸਾਰਿਆਂ ਦੀ ਫਾਈਲ ਆਊਗੀ ਜੀ ਹੁਣ ਇਸ ਸਟੈਪ ਤੇ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ ਜਿਹੜੀ ਕ੍ਰੂਸ਼ਲ ਗੱਲ ਹੈਗੀ ਇਹ ਤੇ ਥਾਪਾ ਪਹਿਲਾਂ ਗੱਲ ਕਰੀ ਤੁਹਾਡੀ ਐਜੂਕੇਸ਼ਨ ਦੀ ਗੱਲ ਆਂਦੀ ਆ ਜੀ ਲੈਟਸ ਸੇ ਅਗਰ ਦੋ ਕੈਂਡੀਡੇਟਸ ਨੇ ਜਿਹਦਾ ਇੱਕ ਕੈਂਡੀਡੇਟ B ਕੋਲ ਐਜੂਕੇਸ਼ਨ ਏਕੀ ਕੈਂਡੀਡੇਟ A ਕੋਲ ਐਜੂਕੇਸ਼ਨ ਹੈਗੀ ਆ ਓਬਸਿ ਉਹਨਾਂ ਨੇ ਕੈਂਡੀਡੇਟ A ਨੂੰ ਪ੍ਰਿਫਰ ਕਰਨਾ ਕਿਉਂ ਬੇਸਡ ਔਨ ਦਾ ਐਜੂਕੇਸ਼ਨ ਪੁਆਇੰਟਸ ਮਤਲਬ ਇਹ ਸਾਰੇ 10 ਟਾਈਪ ਕਲੀਅਰ ਕਰਨ ਤੋਂ ਬਾਅਦ ਫਿਰ ਤੁਹਾਡੀਆਂ ਫਾਈਲਾਂ ਬਣ ਜਾਂਦੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਆਪਾਂ ਗੱਲ ਚਲੋ ਬੇਸਿਕ ਐਜੂਕੇਸ਼ਨ ਦਾ ਪਲੱਸ 2 ਹੈ ਹਾਂ ਜੀ ਪਰ ਅਗਰ ਤੁਸੀਂ ਗ੍ਰੈਜੂਏਸ਼ਨ ਹੋ ਜਾਂ ਤੁਸੀਂ ਮਾਸਟਰ ਕੀਤੀ ਹੋਈ ਹੈ ਤੇ ਜਾਂ ਤੁਹਾਡਾ ਵਲੰਟੀਅਰ ਜ਼ਿਆਦਾ ਹੈ ਐਂਡ ਔਫ ਦਾ ਟਾਈਮ ਉਹ ਸਾਰਾ ਕੁਝ ਕਲੱਬ ਕਰਕੇ ਤੁਹਾਨੂੰ ਇਹ ਦੇਖਿਆ ਜਾਣਾ ਕਿ ਕਿਸ ਦਾ ਸਕੋਰ ਜ਼ਿਆਦਾ ਹੈ ਬਿਲਕੁਲ 100% ਤੇ ਇਹ ਫਿਰ ਇਹ ਹੈ ਕਿ ਜਿੱਦਾਂ ਪੋਸਟਾਂ ਮਲੋ ਹੁਣ 20 ਪੋਸਟਾਂ ਹੋਣ ਐਗਜ਼ਾਮਪਲ ਦੇ ਤੌਰ ਤੇ ਐਗਜ਼ਾਮਪਲ ਲੈਨੇ ਆਂ ਹਾਂਜੀ ਤੇ ਇੱਥੇ ਤੁਸੀਂ ਐਪਲੀਕੈਂਟ 20 ਲੈਨੇ ਹੋ ਜਿਸ ਤੋਂ ਬਾਅਦ ਲੈ ਲੈਨੇ ਦੇਖੋ ਜੀ ਸਾਡੇ ਰਿਕਰੂਟ ਕਲਾਸ ਜਿਹੜਾ ਸ਼ੁਰੂ ਹੁੰਦੀ ਹੈ 24 ਹੁੰਦੀ ਸਾਡੇ ਰਿਕਰੂਟ ਕਲਾਸ ਦੀ ਸਟਰੈਂਥ ਜੀ 24 ਕੈਂਡੀਡੇਟਸ ਨੂੰ ਚੂਜ਼ ਕੀਤਾ ਜਾਊਗਾ ਹੋਰ 24 ਫਾਈਲਾਂ ਸਾਡੇ ਕੋਲ ਆਣੀ ਚਾਹੀਦੀ ਜਿਆਦੀ ਫਾਈਲਾਂ ਆਂਦੀ ਆ ਆ ਕਦੇ ਕਦੇ ਐਪਲੀਕੈਂਟਸ ਜ਼ਿਆਦੇ ਹੁੰਦੇ ਨੇ ਬਟ ਉਹਨਾਂ ਨੇ ਚੂਜ਼ 24 ਫਾਰ ਦ ਨੈਕਸਟ ਕਲਾਸ ਉਹਦੇ ਬਾਅਦ ਹੋਰ ਵੀ ਕਲਾਸੇਜ਼ ਹੁੰਦੀਆਂ ਅਗਰ ਤੁਹਾਡੀ ਇੱਥੇ ਵਾਰੀ ਨਹੀਂ ਆndi ਸ਼ਾਇਦ ਬਾਅਦ ਚ ਵੀ ਵਾਰੀ ਆ ਸਕਦੀ ਹੈ ਤੇ ਇਹਦਾ ਇਹ ਮਤਲਬ ਨਹੀਂ ਤੁਸੀਂ ਇੱਥੇ ਤੁਹਾਡੀ ਵਾਰੀ ਨਹੀਂ ਬਾਅਦ ਚ ਨਹੀਂ ਆਣੀ 24 ਐਪਲੀਕੈਂਟਸ ਨੂੰ ਉਹਨਾਂ ਨੂੰ ਚੂਜ਼ ਕਰਨਾ ਚੂਜ਼ ਕਰਨ ਦੇ ਬਾਅਦ ਅਗਰ ਤੁਹਾਡੇ ਉਹਨਾਂ ਨੂੰ ਲੱਗਦਾ ਯੂ ਆਰ ਅ ਗੁੱਡ ਫਿਟ ਉਹਨਾਂ ਨੂੰ ਇਹ ਵੀ ਲੱਗਣਾ ਚਾਹੀਦਾ ਯੂ ਆਰ ਅ ਗੁੱਡ ਫਿਟ ਫਾਰ ਦਾ ਜੌਬ ਉਹਨਾਂ ਤੁਹਾਨੂੰ ਇਹ ਕਹਿਣਾ ਕਿ ਇਹ ਤੁਹਾਡੀ ਆਫਰ ਲੈਟਰ ਹੈਗੀ ਆ ਪਲੀਜ਼ ਕਮ ਐਂਡ ਜੁਆਇਨ ਆਰ ਰਿਕਰੂਟ ਕਲਾਸ ਜੀ ਤੇ ਇਹ ਤਾਂ ਚਲੋ ਤੁਸੀਂ ਹਾਇਰਿੰਗ ਦਾ ਬੜਾ ਸੋਹਣਾ ਤਰੀਕੇ ਨਾਲ ਤੁਸੀਂ ਦੱਸ ਦਿੱਤਾ ਤੇ ਇੱਕ ਤਾਂ ਇਹ ਕਿ ਅਸੀਂ ਪੰਜਾਬ ਚ ਤਾਂ ਹੀ ਸਮਝ ਲੈ ਲੈਨੇ ਆ ਵੀ ਸਟਾਰ ਦੇਖ ਕੇ ਦੱਸ ਦਿੰਨੇ ਆਂ ਅਸੀਂ ਇਹ ਐਸਆਈ ਐ ਐਸਐਚਓ ਐ ਐਸਪੀ ਐ ਡੀਐਸਪੀ ਐ ਕੋਈ ਕੋਣ ਆ ਹਾਂਜੀ ਤੇ ਇੱਥੇ ਇਹ ਸਾਨੂੰ ਬੜਾ ਜੱਜ ਕਰਨਾ ਬੰਦਾ ਕਈ ਵਾਰੀ ਔਖਾ ਜਿਹਾ ਲੱਗਦਾ ਹੈ ਵੀ ਇਹਦੀ ਅਗਰ ਪੋਜੀਸ਼ਨ ਕੀ ਹੋ ਸਕਦੀ ਹੈ ਇਸ ਆਫੀਸਰ ਦੀ ਤੇ ਚਲੋ ਇਹ ਚ ਕਈ ਵਾਰ ਸਾਨੂੰ ਰੋਡ ਤਾਂ ਨਹੀਂ ਹੁੰਦੀ ਬਸ ਬੇਸਿਕ ਅਗਰ ਦੋ ਬੰਦੇ ਐਸੀ ਖੜੇ ਆਂਦੇ ਸੀ ਬੰਦੇ ਨੂੰ ਦੇਖਣਾ ਹੋਵੇ ਕਿ ਇਸ ਬੰਦਾ ਕਿਹੜੀ ਪੋਜੀਸ਼ਨ ਤੇ ਹੋਊਗਾ ਸਾਨੂੰ ਇਹ ਥੋੜਾ ਜਿਹਾ ਦੱਸੋ ਸਟੈਪ ਬਾਈ ਸਟੈਪ ਕਿ ਆਫੀਸਰ ਦੇ ਵਿੱਚ ਅਗਰ ਕਿਹੜੀ ਕਿਹੜੇ ਕਿਹੜੇ ਇਹਦੇ ਵਿੱਚ ਰੈਂਕ ਹੁੰਦੇ ਆ ਤੇ ਅਗਰ ਆਪ ਤੁਸੀ ਜਾਣੇ ਹੋ ਅਗਲੇ ਰੈਂਕ ਦੇ ਲਈ ਜਾਣੇ ਹੋ ਜਾਂ ਕਹਿ ਲੋ ਵੀ ਜਿਸ ਤਰ੍ਹਾਂ ਮੈਂ ਗੱਲ ਪਹਿਲਾਂ ਕੀਤੀ ਆ ਕਿ ਅਗਰ ਕੋਈ ਕਹਿੰਦਾ ਯਾਰ ਮੈਂ ਤਾਂ ਐਮਬੀਬੀਐਸ ਕਰ ਲਈ ਆ ਤੇ ਮੈਂ ਤਾਂ ਜੀ ਮਤਲਬ ਕਨਸਟੇਬਲ ਤੋਂ ਨਹੀਂ ਸ਼ੁਰੂ ਕਰਨਾ ਮੈਂ ਤਾਂ ਸਿੱਧਾ ਐਸਐਚੀ ਭਰਤੀ ਹੋਣਾ ਤੇ ਉਹ ਉਹ ਦੱਸੋ ਸਾਨੂੰ ਮੜਿਆ ਇਹ ਵੀ ਸ਼ੰਕਾ ਹੈ ਨਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਵੀ ਹਾਂਜੀ ਬਿਲਕੁਲ ਔਰ ਵੈਰੀ ਗੁੱਡ ਕੁਐਸਚਨ ਸੋ ਇਹਦਾ ਇਹੀ ਹੁੰਦਾ ਕਿ ਕੈਨੇਡਾ ਦੀ ਗੱਲ ਕਰੀ ਆਪਾਂ ਕੈਨੇਡਾ ਚ ਅਗਰ ਤੁਸੀਂ ਕਿਸੇ ਵੀ ਪੁਲਿਸ ਸਰਵਿਸ ਜੁਆਇਨ ਕਰਨੀ ਆ ਤੁਸੀਂ ਤੁਹਾਡੀ ਆਲਵੇਸ ਸ਼ੁਰੂਆਤ ਕਨਸਟੇਬਲ ਤੋਂ ਹੋਊਗੀ ਤੇ ਕਨਸਟੇਬਲ ਇਹੀ ਜੇ ਆਫਸਰਸ ਨੇ ਵੈਸੇ ਆਪਾਂ ਕਹਿੰਦੇ ਕਨਸਟੇਬਲ ਬਟ ਵੀ ਆਰ ਕਨਸਰਟ ਪੁਲਿਸ ਆਫਸਰਸ ਕੋਈ ਜਨਤਾ ਨੂੰ ਬੈਜ ਦਿੱਤਾ ਜਾਂਦਾ ਦੈਟਸ ਯੂਰ ਕਮਿਸ਼ਨਿੰਗ ਤੁਹਾਨੂੰ ਬੈਜ ਦਿੱਤਾ ਗਿਆ ਆ ਏ ਵੀ ਕੈਨ ਬੀ ਕਾਲਡ ਪੁਲਿਸ ਕਨਸਟੇਬਲਸ ਯਰ ਆਫਸਰ ਪੁਲਿਸ ਆਫਸਰ ਯਾ ਐਨਜੀਪ ਕੈਸਰ ਹਾਂਜੀ ਤੇ ਜਦੋਂ ਤੁਸੀਂ ਰਿਕਰਟ ਕਲਾਸ ਸ਼ੁਰੂ ਕਰਨਾ ਯੂ ਆਰ ਕਨਸਟੇਬਲ ਤੁਸੀਂ 5ਥ ਕਲਾਸ ਤੋਂ ਸ਼ੁਰੂ ਹੁੰਦੇ ਹੋ 5 4 3 2 1 ਤੱਕ ਤੁਸੀਂ ਕਨਸਟੇਬਲ ਹੁੰਦੇ ਹੋ OK ਹਰ ਸਾਲ ਤੁਹਾਡੀ ਪੇ ਇੰਕ੍ਰੀਮੈਂਟ ਹੁੰਦੀ ਰਹਿੰਦੀ ਆ ਜੀ ਉਹਦੇ ਬਾਅਦ ਤੁਸੀਂ ਸੀਨੀਅਰ ਕਨਸਟੇਬਲ ਬਣਦੇ ਹੋ ਐਗਜ਼ਾਮ ਪਾਸ ਕਰਕੇ ਅਗਰ ਤੁਸੀਂ ਹੋਰ ਐਗਜ਼ਾਮ ਪਾਸ ਕਰਦੇ ਹੋ ਫਿਰ ਤੁਸੀਂ ਸਰਜਨ ਬਣਦੇ ਹੋ ਜਿਹੜਾ ਜਿਹੜੇ ਤੁਹਾਡੇ ਘਰ ਆਣਗੇ ਜਾਂ ਤੁਹਾਡੀ ਇੰਟਰੈਕਸ਼ਨ ਮੋਸਟਲੀ ਕਨਸਟੇਬਲਸ ਨਾਲ ਹੀ ਹੋਗੀ ਕਿ ਉਹ ਤੁਸੀਂ ਫੋਰ ਐਗਜ਼ਾਮਪਲ ਕਿਸੇ ਨੇ 911 ਕਾਲ ਕੀਤੀ ਹੈ ਤੁਹਾਡੇ ਘਰ ਕਾਂਸਟੇਬਲਸ ਨਹੀਂ ਆਣਾ ਔਰ ਕਿਸੇ ਨੇ ਨਹੀਂ ਆਣਾ ਜੀ ਜਿਹੜੇ ਸਰਜੈਂਟ ਹੁੰਦੇ ਨੇ ਉਹ ਇਨਚਾਰਜ ਹੁੰਦੇ ਨੇ ਫੋਰ ਐਗਜ਼ਾਮਪਲ ਅੱਜ ਡੇ ਸ਼ਿਫਟ ਹੈਗਾ ਡੇ ਸ਼ਿਫਟ ਦੀ ਗੱਲ ਕਰਦੇ ਆਪਾਂ ਜਿਹੜੀ ਵੀ ਸਾਡੇ ਇਲਾਕੇ 'ਚ ਪੁਲਿਸ ਕੰਮ ਕਰ ਰਹੀ ਹੈ ਫੋਰ ਐਗਜ਼ਾਮਪਲ ਨਾਰਥ ਈਸਟ ਉਹਦੇ ਇਨਚਾਰਜ ਇੱਕ ਇੱਕ ਸਰਜੈਂਟ ਹੋਗਾ ਓਕੇ ਉਹ ਹੀ ਇਜ਼ ਇਨਚਾਰਜ ਆਫ एवरीथिंग ਉਹਨਾਂ ਨੇ ਓਵਰਵਿਊ ਕਰਨਾ ਕਿ ਹਾਂ ਵੀ ਕਾਲਸ ਆ ਰਹੀਆਂ ਕੀ ਹੋ ਰਿਹਾ ਕਾਂਸਟੇਬਲਸ ਦੀ ਸੇਫਟੀ ਲਈ ਕੀ ਹੋ ਰਿਹਾ ਤੇ ਉਹਦੇ ਬਾਅਦ ਏ ਸਟਾਫ ਹੁੰਦਾ ਆਪਰੇਸ਼ਨਲ ਸਟਾਫ ਇਹਨੂੰ ਕਹਿੰਦਾ ਹੂੰ ਇਹਦੇ ਬਾਅਦ ਸਟਾਫ ਸਰਜੰਟ ਦੀ ਪੋਜੀਸ਼ਨ ਆਉਂਦੀ ਹੈ ਸਟਾਫ ਸਰਜੰਟ ਤੁਸੀਂ ਹੁਣ ਸਟਰੀਟ ਤੇ ਨਹੀਂ ਹੁੰਦੇ ਤੁਸੀਂ ਹੁਣ ਆਫਿਸ ਮੋਰ ਐਡਮਿਨਿਸਟ੍ਰੇਟਿਵ ਕੰਮ ਕਰਤਾ ਹੁੰਦਾ ਓਕੇ ਉਹਦੇ ਸਟਾਫ ਸਰਜੰਟ ਦੇ ਬਾਅਦ ਇਨਸਪੈਕਟਰ ਹੁੰਦੇ ਨੇ ਇਨਸਪੈਕਟਰ ਇਸ ਦੀ ਓਵਰਆਲ ਇਨਚਾਰਜ ਆਫ ਜਿਹੜਾ ਪੁਲਿਸ ਸਟੇਸ਼ਨ ਕਹ ਲੋ ਥਾਣਾ ਕਹ ਲੋ ਜਾਂ ਇੱਥੇ ਡਿਸਟ੍ਰਿਕਟ ਆਫਿਸ ਅਸੀਂ ਕਹਿੰਦੇ ਹਾਂ ਸੋ ਫਾਰ ਐਗਜ਼ਾਮਪਲ ਸਾਡਾ ਡਿਸਟ੍ਰਿਕਟ ਆਫਿਸ ਨਾਰਥ-ਈਸਟ ਦੀ ਗੱਲ ਕਰਦੇ ਸਲਟਾਉਨ ਸਰਕਲ ਚ ਹੈਗਾ ਇਹਨੂੰ 5 ਡਿਸਟ੍ਰਿਕਟ ਕਹਿੰਦਾ ਜ ओके ही इज इन चार्ज ऑफ दैट एंटायर पुलिस स्टेशन ਉਹਨਾਂ ਦੀ ਇਨ ਸ਼ੀ ਇਜ਼ ਇਨ ਚਾਰਜ ऑफ ऑल ਸਰਜੈਂਟਸ ऑल ਕਨਸਟੇਬਲਸ ਥਲੇ ਬਟ ਇਨਾਂ ਦੀ ਐਡਮਿਨਿਸਟ੍ਰੇਟਿਵ ਕੰਮ ਹੁੰਦਾ ਇਨਾਂ ਦਾ ਓਵਰਆਲ ਕੰਮ ਹੁੰਦਾ ਜੀ ਉਹਦੇ ਬਾਅਦ ਤੁਹਾਡੀ ਨੈਕਸਟ ਪੋਜੀਸ਼ਨ ਹੁੰਦੀ ਹੈ ਐਸ ਏ ਸੁਪਰਟੈਂਡੈਂਟ ਉਹ ਸੁਪਰਟੈਂਡੈਂਟ ਤੁਸੀਂ ਹੁਣ ਇੱਥੇ ਹੈੱਡਕ quarters ਤੁਹਾਡਾ ਕੰਮ ਹੁੰਦਾ ਉਹ ਫਿਰ ਤੁਸੀਂ ਡਿਸਟ੍ਰਿਕਟ ਆਫਿਸ ਚ ਨਹੀਂ ਹੁੰਦੇ ਤੁਹਾਡੇ ਹੈੱਡਕ quarters ਹੁੰਦਾ ਐਂਡ ਇਟਸ ਅ ਇਨਸਪੈਕਟਰ ਅਬਵ ਕਾਫੀ ਸੀਨੀਅਰ ਪੋਜੀਸ਼ਨਸ ਹੁੰਦੇ ਤੇ ਬਹੁਤ ਹੀ ਕਾਟ ਇਨਸਪੈਕਟਰਸ ਆਨ देयर ਸੁਪਰਟੈਂਡੈਂਸ ਹੁੰਦ ਨੇ ਸੁਪਰਟੈਂਡੈਂਟ ਦੇ ਬਾਅਦ ਡੈਪਟੀ ਚੀਫ ਹੁੰਦੇ ਨੇ ਜੀ ਐਂਡ ਡੈਪਟੀ ਚੀਫ ਕਾਫੀ 5 6 ਹੋਣਗੇ ਜਾਂ ਜਿੰਨੇ ਵੀ ਹੋਣਗੇ ਐਂਡ ਦੇ ਆਰ ਰਿਸਪੋਨਸੀਬਲ ਫॉर 올 ਏਰੀਆਸ ਬਿਊਰੋ ਆਫ ਪੁਲਿਸਿੰਗ ਜਿਹਨੂੰ ਕਹਿੰਦਾ ਕਮਿਊਨਿਟੀ ਪੁਲਿਸਿੰਗ ਹੋ ਗਈ ਜਾਂ ਡਿਫਰੈਂਟ ਸਾਡੇ ਡਿਪਾਰਟਮੈਂਟਸ ਉਹਨਾਂ ਦੀ ਉਹ ਇਨਚਾਰਜ ਹੁੰਦੇ ਨੇ ਜੀ and in other subtort hai sade head he is called the head constable or chief of police which is uh, our chief ji te ਇਥੇ ਸੁਣਨ ਵਾਲਿਆਂ ਨੂੰ ਅਸੀਂ ਇਹ ਵੀ ਦੱਸ ਦਈਏ ਕਿ ਇੱਥੇ ਸ਼ਹਿਰਾਂ ਦੀ ਪੁਲਿਸ ਹੁੰਦੀ ਹੈ ਜਿੱਦਾਂ ਕੈਲਗਰੀ ਦੀ ਪੁਲਿਸ ਵੱਖਰੀ ਹੈ ਐਡਵੈਂਟਨ ਸ਼ਹਿਰ ਦੀ ਵੱਖਰੀ ਹੈ ਤੇ ਵੈਂਕੂਵਰ ਦੀ ਵੱਖਰੀ ਹੈ ਤੇ ਅੱਜ ਕੱਲ ਸਰੀ ਦੀ ਵੱਖਰੀ ਹੈ ਤੇ ਉਹਦਾ ਫਿਰ ਇੰਚਾਰਜ ਇਹ ਉਹਨਾਂ ਨੇ ਸ਼ਹਿਰ ਦੀ ਇੱਕ ਪੁਲਿਸ ਦਾ ਦੱਸਿਆ ਕਿ ਇਹਨਾਂ ਦੀ ਰੈਂਕ ਕਿਸ ਤਰ੍ਹਾਂ ਦੀ ਹੁੰਦੀ ਹੈ ਸ਼ਹਿਰ ਤੋਂ ਬਾਅਦ ਜਿਹੜੀ ਹੈ ਉਹ RCMP ਦੇਖੋ ਸ਼ਹਿਰ ਤੋਂ ਬਾਹਰ RCMP ਹੁੰਦੀ ਆ ਉਹ ਫੈਡਰਲ ਆ ਉਹ ਫੈਡਰਲ ਹੈ ਹਾਂਜੀ ਜੀ ਤੇ ਇੱਕ ਰੰਦਾਵਾ ਜੀ ਖੇਰ ਦੇ ਵਿੱਚ ਮੈਨੂੰ ਇਹ ਦੱਸੋ ਕਿ ਅਗਰ ਤੁਹਾਡਾ ਹੁਣ ਜਿਸ ਤਰ੍ਹਾਂ ਆ ਕਿ ਰੈਂਕ ਤੁਸੀਂ ਸੀਨੀਅਰ ਕਨਸਟੇਬਲ ਰਾਈਟ ਹਾਂਜੀ ਤੇ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ এডਿਕੇਸ਼ਨ ਦੀ ਗੱਲ ਕੀਤੀ ਮੈਂ ਸਾਰੀ ਚੀਜ਼ ਨੂੰ এডਿਕੇਸ਼ਨ ਦੇ ਨਾਲ ਇਸ ਕਰਕੇ ਜੋੜ ਰਿਹਾ ਕਿ এডਿਕੇਸ਼ਨ ਦਾ ਮਤਲਬ ਲੋਕਾਂ ਨੂੰ ਸਮਝ ਆ ਜਾਵੇ ਕਿ ਜਿਹੜੇ ਬੱਚਿਆਂ ਨੇ ਆਉਣਾ ਕਿ এডਿਕੇਸ਼ਨ ਇੰਪੋਰਟੈਂਟ ਵੀ ਬਹੁਤ ਆ ਬਹੁਤ ਆ ਤੇ ਕਿਹੜੀ ਇੰਪੋਰਟੈਂਟ ਇਹ ਨਹੀਂ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਕ੍ਰਿਮੀਨਲ ਜਸਟਿਸ ਹੋਣੀ ਚਾਹੀਦੀ ਹਾਂਜੀ ਤੇ ਜਿਸ ਤਰ੍ਹਾਂ ਇਹ ਆ ਕਿ ਹੁਣ ਤੁਹਾਡੀ ਤੁਹਾਡਾ ਰੈਂਕ ਅਪ ਹੁੰਦਾ ਤੇ ਫਿਰ ਉੱਥੇ ਵੀ ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਕਨਸਟੇਬਲ ਹਾਇਰ ਹੋਣ ਵੇਲੇ ਮੈਰਿਟ ਬਣਦੀ ਹੈ ਤੇ ਤੁਹਾਡੀ ਫਿਰ ਇੱਥੇ ਵੀ ਰੈਂਕ ਜਦੋਂ ਉੱਪਰ ਜਾਂਦਾ ਹੈ ਤੇ ਉੱਥੇ ਵੀ ਤੁਹਾਡਾ ਫਿਰ ਐਜੂਕੇਸ਼ਨ ਸਾਰੀਆਂ ਚੀਜ਼ਾਂ ਦੁਆਰਾ ਫਿਰ ਕੈਲਕੂਲੇਟ ਹੁੰਦੀ ਹੈ ਹਾਂਜੀ ਬਿਲਕੁਲ ਹੁੰਦੀ ਆ ਫੋਰ ਏਗਜ਼ਾਮਪਲ ਅਗਰ ਤੁਸੀਂ ਸਰਜੈਂਟ ਦੀ ਪੋਜੀਸ਼ਨ ਲੀ ਜਾਣਾ ਉਹਦੇ ਲਈ ਪ੍ਰੋਮੋਸ਼ਨ ਪ੍ਰੋਸੈਸ ਹੁੰਦਾ ਔਰ ਉਸ ਪ੍ਰੋਮੋਸ਼ਨ ਪ੍ਰੋਸੈਸ ਇ ਉਹਨਾਂ ਨੇ ਇਹ ਦੇਖਣਾ ਕਿ ਤੁਹਾਡੀ ਐਜੂਕੇਸ਼ਨ ਕੀ ਆ ਜੀ ਤੇ ਅਗਰ ਤੁਹਾਡੀ ਐਜੂਕੇਸ਼ਨ ਬੈਚਲਰਸ ਜਾਂ ਮਾਸਟਰਸ ਡਿਗਰੀ ਅਧਿਕਤ ਤੀ ਪੀ ਐਚ ਡੀ ਵੀ ਹੁੰਦੀ ਆ ਅਗਰ ਇਹੋ ਜੀ ਐਜੂਕੇਸ਼ਨ ਤੁਹਾਡੇ ਕੋਲ ਹੈਗੀ ਆ ਇਹ ਤੁਹਾਨੂੰ ਪੁਆਇੰਟਸ ਤੁਹਾਡੇ ਬੰਦੇ ਨੇ ਜਿਦੋਂ ਤੁਹਾਡੇ ਪੁਆਇੰਟਸ ਜ਼ਿਆਦਾ ਹੁੰਦੇ ਨੇ ਤੁਹਾਡੇ ਚਾਂਸਸ ਤੁਹਾਡੇ ਜ਼ਿਆਦੇ ਹੁੰਦੇ ਨੇ ਫੋਰ ਐਗਜ਼ਾਮਪਲ ਸਰਜੈਂਟ ਜਾਂ ਸਟਾਫ ਸਰਜੈਂਟ ਦੀ ਪੋਜੀਸ਼ਨ ਲਈ ਤੇ ਜਿਸ ਤਰ੍ਹਾਂ ਇਹਦੇ ਵਿੱਚ ਹੁਣ ਅੱਗੇ ਤੁਸੀਂ ਸਟੱਡੀ ਦੇ ਲਈ ਜਾਣਾ ਰਾਈਟ ਜਿੱਦਾਂ ਤੁਸੀਂ 10ਵੀਂ ਰਹੇ ਸੀ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਲਈ ਜਾਣਾ ਜਾਂ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਦੇ ਲਈ ਜਾਣਾ ਆ ਤੇ ਇੰਟਰਨਲ ਜਿਹੜੇ ਕੋਰਸਸ ਨੇ ਉਹ ਤੁਹਾਨੂੰ ਰੈਗੂਲਰ ਮਿਲਦੇ ਰਹਿੰਦੇ ਆ ਤੁਸੀਂ ਕਰਦੇ ਰਹਿੰਦੇ ਹੋ ਤੇ ਐਜੂਕੇਸ਼ਨ ਦੇ ਲਈ ਜਾਣਾ ਫਿਰ ਤੁਸੀਂ ਉਹਦੇ ਵਿੱਚ ਤੁਹਾਡੀ ਪੁਲਿਸ ਹੈਲਪ ਕਰਦੀ ਹੈ ਪੁਲਿਸ ਹੈਲਪ ਕਰਦੀ ਆ ਮੈਨੂੰ ਐਗਜ਼ੈਕਟਲੀ ਅਮਾਉਂਟ ਨਹੀਂ ਪਤਾ ਬਟ ਥੋੜਾ ਹੈਲਪ ਵੀ ਕਰਦੀ ਆ ਅਗਰ ਤੁਸੀਂ ਹਾਇਰ ਐਜੂਕੇਸ਼ਨ ਲਈ ਜਾਣਾ ਆ ਥੈਟਸ ਵਨ ਆਫ ਦਾ ਬੈਨੀਫਿਟਸ ਪੁਲਿਸਿੰਗ ਜੁਆਇਨ ਕਰਨ ਲਈ ਕਿ ਜਦੋਂ ਤੁਸੀਂ ਫਰਦਰ ਐਜੂਕੇਸ਼ਨ ਲਈ ਜਾਣਾ ਅਗਰ ਤੁਸੀਂ ਬਾਹਰ ਦੇ ਵੀ ਕੋਰਸਸ ਕਰਦੇ ਹੋ ਜਿੱਦਾਂ ਆਪਾਂ ਇੰਟਰਨਲ ਕੋਰਸਸ ਦੀ ਗੱਲ ਕੀਤੀ ਅਗਰ ਤੁਸੀਂ ਬਾਹਰ ਦੇ ਕੋਰਸਸ ਦੀ ਗੱਲ ਕਰਦੇ ਹੋ ਉਹਦੇ ਲਈ ਵੀ ਪੁਲਿਸ ਕਾਦੀ ਕਾਦੀ ਪੇ ਕਰਦੀ ਆ ਅਪ ਟੂ ਅ ਸਰਟਨ ਅਮਾਉਂਟ ਉਹ ਥੋੜਾ ਹੁੰਦਾ ਉਹਨਾਂ ਦਾ ਅਮਾਉਂਟ ਬਟ ਤੇ ਪੁਲਿਸਿੰਗ ਚ ਤੁਹਾਨੂੰ ਆਲਵੇਸ ਇਨਕਰੇਜ ਕੀਤਾ ਜਾਂਦਾ ਕਿ ਤੁਸੀਂ ਐਜੂਕੇਸ਼ਨ ਜ਼ਿਆਦਾ ਕਰੋ ਆ ਕੋਈ ਕੋਈ ਵੀ ਐਜੂਕੇਸ਼ਨ ਫਾਰ ਇਗਜ਼ਾਮਪਲ ਅਗਰ ਤੁਸੀਂ ਜਾ ਕੇ ਐਮਬੀਏ ਕਰਨੀ ਹੈ ਤੁਸੀਂ ਜਾ ਕੇ ਕਰੋ ਆ ਤੁਹਾਡੀ ਹੈਲਪ ਵੀ ਹੁੰਦੀ ਹੈ ਅਗਰ ਤੁਹਾਨੂੰ ਟਾਈਮ ਆਫ ਚਾਹੀਦਾ ਐਜੂਕੇਸ਼ਨਲੀ ਉਹ ਵੀ ਹੈਲਪ ਹੁੰਦੀ ਆ ਆ ਇੰਟਰਨਲ ਕੋਰਸਿਸ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਉਹ ਵੀ ਕਾਫੀ ਮਾਇਨੇ ਰੱਖਦੇ ਨੇ ਕਿਉਂਕਿ ਇਹ ਤੁਹਾਨੂੰ ਸਿਖਾਉਂਦੇ ਨੇ ਇਨਵੈਸਟੀਗੇਸ਼ਨ ਕਿੱਦਾਂ ਕਰਨੀ ਆ ਆ ਅਗਰ ਤੁਸੀਂ ਸਪੈਸ਼ਲਾਈਜ਼ੇਸ਼ਨ 'ਚ ਜਾਂਦੇ ਹੋ ਆ ਉਹ ਵੀ ਤੁਹਾਨੂੰ ਦੱਸਦੇ ਨੇ ਕਿ ਇਹ ਉਹ ਜੀ ਸਪੈਸ਼ਲਾਈਜ਼ੇਸ਼ਨ ਤੁਸੀਂ ਜਾਣਾ ਇਹੋ ਜੇ ਤੁਹਾਨੂੰ ਇੰਟਰਨਲ ਕੋਰਸਿਸ ਕਰਨੇ ਪੈਣੇ ਅਗਰ ਤੁ ਰੈਂਕ ਵਾਈਸ ਅਗਰ ਤੁਹਾਨੂੰ ਜਾਣਾ ਪਏ ਸਾਰੀ ਐਜ ਪੁਲਿਸਿੰਗ ਤੇ এডਿਕੇਸ਼ਨ ਇੰਟਰਨਲ ਹੋਗੀ ਤੁਹਾਨੂੰ ਸਿਖਾਇਆ ਜਾਊਗਾ ਇਹ ਤੁਹਾਨੂੰ ਕੋਈ ਸਟ्रेस ਲੈਣ ਦੀ ਲੋੜ ਨਹੀਂ ਕਿ ਮੈਮ ਨੂੰ ਬਾਹਰੋਂ ਕੁਝ ਕਰਨਾ ਪੈਣਾ ਅਗਰ ਤੁਸੀਂ ਉਹਦੇ ਉੱਤੇ ਕੁਝ ਕਰਨਾ ਚਾਹੁੰਦੇ ਹੋ ਹੋਰ ਐਕਸਟਰਾ ਤੁਸੀਂ ਕਰਨਾ ਚਾਹੁੰਦੇ ਹੋ ਯੂ ਆਰ ਮੋਰ ਦਨ ਵੈਲਕਮ ਤੇ ਤੁਸੀਂ ਬਾਹਰ ਜਾ ਕੇ ਕਰ ਸਕਦੇ ਹੋ ਠੀਕ ਹੈ ਜੀ ਤੇ ਰੰਦਾਵਾ ਜੀ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ ਵੀ ਜਿਹੜਾ ਆ ਇਹਨੇ ਯੰਤਰ ਇਹਦਾ ਇੱਕ ਬੜਾ ਹੈ ਕਿ ਕਈ ਵਾਰੀ ਮਜ਼ਾਕ ਵਿੱਚ ਵੀ ਕਹਿੰਦੇ ਆ ਵੀ ਜੇ ਤੈਨੂੰ ਜਿਆਦਾ ਹੀ ਪੁਲਿਸ ਦਾ ਚਾ ਚੜਿਆ ਜਾਣਦਾ ਤੂੰ ਪਹਿਲਾਂ ਇਹ 벨ਟ ਨੂੰ ਘਟੂ ਘਟਾ ਦੋ ਚਾਰ ਘੰਟੇ ਪਾ ਕੇ ਖੜ ਕੇ ਦੇਖ ਲੈ ਤੇ ਕਿਉਂਕਿ ਇਹਦੇ ਵਿੱਚ ਕਹਿੰਦੇ ਬੜਾ ਭਾਰ ਹੁੰਦਾ ਜਿਹੜੇ ਇਹਦੇ ਵਿੱਚ ਸਾਰਾ ਕੁਝ ਫਿੱਟ ਕੀਤਾ ਆ ਜਿਸ ਤਰ੍ਹਾਂ ਤੁਸੀਂ ਆ ਕੈਮਰਾ ਵੀ ਲਗਾਇਆ ਹੋਰ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਨੇ ਤੁਸੀਂ ਬੇਸਿਕ ਨਾਮ ਤੁਸੀਂ ਦੱਸਣਾ ਚਾਹੁੰਦੇ ਬੇਸਿਕਲੀ ਸਾਡੀ ਪੁਲਿਸ ਯੂਨੀਫਾਰਮ ਪੈਟਰੋਲੀਅਨ ਫਾਰਮ ਹੁੰਦੀ ਆ ਇਹ ਹੁੰਦੀ ਆ ਡਿਊਟੀ 벨ਟ ਇਹਨੂੰ ਚਾਹੀਦਾ ਜਿਹੜੇ ਕਈ ਦਾ ਇਹ ਡਿਊਟੀ 벨ਟ ਦੇ ਉੱਤੇ ਆਪਾਂ ਕਹਿੰਦੇ ਯੂਜ਼ ਆਫ ਫੋਰਸ ਟੂਲਸ ਜਿਹੜੇ ਟੂਲਸ ਤੁਹਾਡੇ ਕੋਲ ਤੇ ਮੈਂ ਤੁਹਾਨੂੰ ਸਮਝਾ ਦਾਂਗਾ ਪਹਿਲੀ ਗੱਲ ਤੇ ਹਰ ਪੁਲਿਸ ਆਫਸਰ ਪਿਸਟਲ ਲਈ ਕੁਆਲੀਫਾਈਡ ਹੁੰਦਾ ਨਾਟ ਓਨਲੀ ਕੁਆਲੀਫਾਈਡ ਤੁਹਾਨੂੰ ਹਰ 6 ਮਹੀਨੇ ਕੁਆਲੀਫਿਕੇਸ਼ਨ ਦੇਣੀ ਪੈਂਦੀ ਆ ਹੈਂਡ ਗਨ ਤੇ ਆ ਸੋ ਮੇਰੇ ਕੋਲ ਆਲਵੇਸ ਹੈਂਡ ਗਨ ਹੁੰਦਾ ਜੀ ਆ ਇਹ ਤੁਹਾਡੀ ਪ੍ਰਾਇਮਰੀ ਤੁਹਾਨੂੰ ਕਹਿ ਸਕਦੇ ਪ੍ਰਾਇਮਰੀ ਵੈਪਨ ਹੈਗਾ ਤੁਹਾਡੇ ਕਾਰ ਚ ਦੋ ਹੋਰ ਵੈਪਨ ਹੋਣਗੇ ਸ਼ਾਰਟ ਗਨ ਇੱਕ ਹੁੰਦਾ ਜਿਹਨਾਂ ਆਪਾਂ ਪੰਜਾਬ 12 ਬੋਰ ਕਹਿੰਦੇ ਆ 12 ਗੇਜ ਤੇ ਇੱਕ ਸੀਏ ਰਾਈਫਲ ਹੁੰਦਾ ਵਿਚ ਇਜ਼ ਲਾਈਕ ਰਾਈਫਲ ਜਿਹਨੂੰ ਆਪਾਂ ਕਹਿੰਦੇ ਹਾਂ ਆ ਇਹ ਤੁਹਾਡੇ ਕੋਲ ਟੂਲਸ ਹੋਣਗੇ ਮੈਂ ਸਪੈਸ਼ਲਾਈਜ਼ ਕੀਤੀ ਆ ਆਰਵਨ ਆਪਰੇਟਰ ਆਰਵਨ ਆਪਰੇਟਰ ਹੁੰਦਾ ਮੈਕਸ ਕੋਲ ਸਪੈਸ਼ਲ ਗਨ ਹੈਗੀ ਆ ਜੀ ਆ ਜਿਨ੍ਹਾਂ ਨੇ ਪਲਾਸਟਿਕ ਰਾਉਂਡ ਤੁਹਾਡੇ ਉੱਤੇ ਸ਼ੂਟ ਕਰਨਾ ਹੈ ਪਲਾਸਟਿਕ ਰਾਉਂਡ ਨਾਲ ਤੁਹਾਨੂੰ ਭੇਂਟ ਤੋਂ ਨਹੀਂ ਤੁਹਾਨੂੰ ਇੰਜ ਲੱਗਦਾ ਗੋਲੀ ਲੱਗੀ ਬਟ ਉਹ ਅੰਦਰ ਪੈਨੇਟ੍ਰੇਟ ਨਹੀਂ ਹੁੰਦੇ ਉਹ ਸਪੈਸ਼ਲਾਈਜ਼ੇਸ਼ਨ ਹੁੰਦੀ ਹੈ ਮੈਂ ਉਹ ਸਪੈਸ਼ਲਾਈਜ਼ੇਸ਼ਨ ਲਈ ਆ ਜੀ ਤੇ ਇਹ ਤੁਹਾਡੇ ਕੋਲ ਹੈਂਡ ਗਨ ਹੋਗਾ ਇਹ ਨੂੰ ਕਹਿੰਦਾ ਬਟਨ ਜੀ ਹਾਂ ਜਿੰਦਾ ਸੋਟੀ ਸੋਟੀ ਦੀ ਗੱਲ ਕਰਦੇ ਆ ਐ ਐਕਸਪੈਂਡੇਬਲ ਹੁੰਦਾ ਇਹਨੂੰ ਐਕਸਪੈਂਡ ਆਪਾਂ ਕਰ ਸਕਦੇ ਆ ਮੇਰੇ ਕੋਲ ਐਕਸਟਰਾ ਮੈਗਜ਼ੀਨਸ ਆਪਣੇ ਗਨ ਲਈ ਹੁੰਦੀਆਂ ਮੇਰੇ ਕੋਲ ਰੇਡੀਓ ਹੁੰਦਾ ਇਹ ਮੇਰੇ ਕੋਲ ਟੇਜ਼ਰ ਆ ਏ ਟੇਜ਼ਰ ਬੇਸਿਕਲੀ ਟੇਜ਼ਰ ਇਲੈਕਟ੍ਰਿਕ ਸ਼ੌਕ ਲਿ ਦਿੰਦਾ ਤੇ ਜਦੋਂ ਤੁਸੀਂ ਕਿਸ ਨੂੰ ਟੇਜ਼ਰ ਕਰ ਦਿਓ ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ ਸਕਦੇ ਆਪਣਾ ਉਹ ਡੇਗੀ ਜਾਂਦੇ ਨੇ ਸੋ ਵੈਰੀ ਯੂਸਫੁਲ ਟੂਲ ਅਪਾ ਇਹਨਾਂ ਨੂੰ ਟੂਲਸ ਕਹਿੰਦੇ ਯੂਜ਼ ਆਫ ਫੋਰਸ ਟੂਲਸ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਵੀ ਕੈਨ ਆਲਵੇਸ ਯੂਜ਼ ਥੀਸ ਥਿੰਗਸ ਮੇਰੇ ਕੋਲ ਰੇਡੀਓ ਹੈਗਾ ਰੇਡੀਓ ਦੀ ਖਾਸੀਅਤ ਇਹੀ ਹੈਗੀ ਕਿ ਮੈਂ ਕਿਸੇ ਪੀ ਪੁਲਿਸ ਆਫਸਰ ਨਾਲ ਮੈਂ ਐਨੀ ਟਾਈਮ ਮੈਂ ਗੱਲ ਕਰ ਸਕਦਾ ਹਾਂ ਸੋ ਲੈਟਸ ਜੇ ਮੈਂ ਕਾਲ ਤੇ ਆਇਆਗਾ ਮੈਂ ਕਿਸੇ ਨਾਲ ਅ ਡੀਲ ਕਰ ਰਿਹਾ ਆਈ ਕੈਨ ਆਲਵੇਸ ਕਾਲ ਫॉर ਬੈਕਅਪ ਮੇਰੇ ਕੋਲ ਮਾਈਕ ਹੁੰਦਾ ਆਈ ਕੈਨ ਆਲਵੇਸ ਕਾਲ ਫॉर ਬੈਕਅਪ ਅਮ ਤੇ ਏ ਰੇਡੀਓ ਕਿਸੇ ਵੀ ਪੁਲਿਸ ਹੌਸ ਆ ਐਨੀਵੇਅਰ ਇ ਕਲਗੂ ਤੇ ਸੀ ਕਾਲ ਕਰ ਸਕਦੇ ਹੋ ਜੀ ਉਹਦੇ ਬਾਅਦ ਮੇਰੇ ਕੋਲ ਹੈਂਡਕਫਸ ਹੁੰਦੇ ਨੇ ਸਾਡੇ ਹੈਂਡਕਫਸ ਪਿੱਛੇ ਲੱਗੇ ਹੁੰਦੇ ਨੇ ਪੈਪਰ ਸਪਰੇ ਸਾਡੇ ਕੋਲ ਹੁੰਦਾ ਤੇ ਖਾਸियत ਕਲਗੂ ਪੁਲਿਸ ਦੀ ਇਹ ਹੈਗੀ ਕਿ ਸਾਡੇ ਕੋਲ ਸਾਰੇ ਕੋਲ ਬੋਡੀ ਵਨ ਕੈਮਰਾ ਹੁੰਦਾ ਓਕੇ ਤੇ ਜਦੋਂ ਵੀ ਮੈਂ ਕਿਸੇ ਕਮੇਟੀ ਚ ਚੱਲਦਾ ਹੀ ਰਹਿੰਦਾ ਜਾਂ ਚਲਾਉਣਾ ਪੈਂਦਾ ਚਲਾਉਣਾ ਪੈਂਦਾ ਤੇ ਇਹਦੋਂ ਚਲਾਉਣਾ ਪੈਂਦਾ ਜਦੋਂ ਫੋਰ ਐਗਜ਼ਾਮਪਲ ਕੋਈ ਕਿਸੇ ਦੇ ਕਾਰਸੇ ਜਾਂਦੇ ਕੋਲੀ ਇਹ ਉਹ ਹਨ ਪੱਕਰ ਕੇ ਜਾਂਦੇ ਸੋ ਇਹਦਾ ਕਾਰਨ ਇਹ ਹੀ ਹੁੰਦਾ ਇੱਕ ਤੇ ਸੇਫਟੀ ਲਈ ਹੁੰਦਾ ਦੂਜੀ ਗੱਲ ਹੁੰਦੀ ਹੈ ਕਿ ਅਗਰ ਕਿਸ ਨੂੰ ਲੱਗਦਾ ਕਿ ਕੋਈ ਕੰਪਲੇਂਟਸ ਦਾ ਇਸ਼ੂ ਹੈ ਜਾਂ ਕੋਈ ਹੋਰ ਇਸ਼ੂ ਹੈ ਕਿ ਇਹ ਕੋਈ ਵੀ ਰਿਵਿਊ ਕਰ ਸਕਦਾ ਸਾਡੇ ਸੀਨੀਅਰਸ ਸਾਡੇ ਮੈਨੇਜਮੈਂਟ ਕੋਈ ਵੀ ਰਿਵਿਊ ਕਰ ਸਕਦਾ ਕਿ ਇਹ ਗੱਲ ਹੋਈ ਸੀ ਇਹ ਸਾਡੇ ਲਈ ਵੀ ਯੂਸਫੁਲ ਹੁੰਦਾ ਅਸੀਂ ਸਿੱਖਦੇ ਹਾਂ ਕਿ ਅਸੀਂ ਕੀ ਚੀਜ਼ ਬੈਟਰ ਕਰ ਸਕਦੇ ਫੋਰ ਐਗਜ਼ਾਮਪਲ ਅਗਰ ਮੈਂ ਟੈਕਟਿਕਲ ਦੀ ਗੱਲ ਕਰ ਰਿਹਾ ਆ ਕਿ ਆਪਾਂ ਕਲੀਅਰਿੰਗ ਬਿਲਡਿੰਗ ਕਲੀਅਰਿੰਗ ਮਤਲਬ ਕੋਈ ਕਿਸੇ ਕੋਲ ਬੰਦੂਕ ਹੈਗੀ ਆ ਅਸੀਂ ਕਿੱਦਾਂ ਉਹਨਾਂ ਨਾਲ ਡੀਲ ਕਰਦੇ ਸਾਰਾ ਕੁਝ ਰਿਕਾਰਡਡ ਹੁੰਦਾ ਇੱਕ ਕੋਰਟ 'ਚ ਵੀ ਜਾਂਦਾ ਸੋ ਲੈਟਸ ਸਿਕ ਸੇਮ ਕਿ ਕਿਸ ਨੂੰ ਅਰੈਸਟ ਕਰਦਾ ਅਰੈਸਟ ਦੇ ਨਾਲ ਸਾਰਾ ਪੇਪਰਵਰਕ ਤੇ ਜਾਊਗਾ ਹੀ ਜਾਊਗਾ ਜੇ ਦਾ ਭਾਗ ਗੱਲ ਕੀਤੀ ਸੀ ਬਟ ਇਹ ਵੀਡੀਓ ਵੀ ਜਾਊਗੀ ਕਿ ਅਰੈਸਟ ਕਿੱਦਾਂ ਹੋਇਆ ਕੀ ਹੋਇਆ ਸਾਰਾ ਕੁਝ ਹੁੰਦਾ ਤੇ ਇਹਦੇ 'ਚ ਇਹ ਇਹੀ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਸੋ ਦੱਟ ਅਸੀਂ ਇਹ ਨਾਲ ਸੋਚੀਏ ਕਿ ਆ ਕੀ ਹੋ ਕੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਕੀ ਹੋ ਗਿਆ ਇਹ ਗੱਲ ਕੋਈ ਹੋ ਗਈ ਜਾਂ ਕਿਸੇ ਯੂਜ਼ ਆਫ ਫੋਰਸ ਦੀ ਗੱਲ ਆ ਗਈ ਸੋ ਸਾਰਾ ਕੁਝ ਰਿਕਾਰਡਡ ਹੁੰਦਾ ਤੇ ਅੱਜ ਕੱਲ ਵਧੀਆ ਗੱਲ ਹੈਗੀ ਕਿ ਕੋਈ ਅਗਰ ਕੋਈ ਕਾਵੇ ਮੇਰੇ ਪੁਲਿਸ ਆਫਸਰ ਨੇ ਮੈਨੂੰ ਇਹ ਕਹਤਾ ਅਸੀਂ ਰਿਵਿਊ ਕਰਕੇ ਕਹਿ ਸਕਦੇ ਕਿ ਦੇਖੋ ਜੀ ਇਹ ਗੱਲ ਸੀਗੀ ਠੀਕ ਹੈ ਤੇ ਆਪਾਂ ਯੂਜ਼ ਕਰਦੇ ਆ ਸਾਡੇ ਕੋਲ ਫਲੈਸ਼ਲਾਈਟਸ ਹੁੰਦੀਆਂ ਫੋਨਸ ਹੁੰਦੇ ਨੇ ਸਾਰਾ ਕੁਝ ਸਾਡੇ ਕੋਲ ਹੁੰਦਾ ਇਹ ਮੇਰੀ ਵੈਸਟ ਹੈਗੀ ਆ ਜੀ ਬਲਿਸਟਿਕ ਵੈਸਟ ਇਹਨੂੰ ਕਹਿੰਦਾ ਇਹ ਸਾਰੇ ਪੁਲਿਸ ਆਫਸਰ ਨੂੰ ਪਾਣਾ ਹੀ ਪੈਂਦਾ ਜੀ ਤੇ ਮੇਰਾ ਆਫਿਸ ਹੈਗਾ ਮੇਰੀ ਪੁਲਿਸ ਕਾਰ ओके ਤੇ ਇੱਕ ਹੋਰ ਗੱਲ ਮੈਂ ਜ਼ਰੂਰ ਕਹਦਾ ਕਿ ਸਾਡੀ ਸਾਡਾ ਕੰਮ ਆਫਿਸ 'ਚ ਨਹੀਂ ਹੁੰਦਾ ਆਫਿਸ ਸਾਡੇ ਕੰਪਿਊਟਰ ਲੱਗੇ ਨੇ ਜੀ ਬਟਸ ਮੇਰਾ ਆਫਿਸ ਹੈਗਾ ਪੁਲਿਸ ਕਾਰ ਪੈਟਰੋਲ ਕਾਰ ਜਿਹੜੀ ਹੁੰਦੀ ਆ ਤੇ 12 ਘੰਟੇ ਅਸੀਂ ਸਾਡੀ ਪੈਟਰੋਲਿੰਗ ਹੀ ਹੁੰਦੀ ਆ ਸਾਡੀ ਰਿਪੋਰਟ ਅਸੀਂ ਕਰਨੀ ਹੁੰਦੀ ਆ ਕੰਪਿਊਟਰ ਤੇ ਅੱਜਕੱਲ ਸਾਰੀ ਰਿਪੋਰਟ ਹੁੰਦੇ ਨੇ ਕੋਈ ਪੇਪਰ ਵਰਕ ਵੀ ਹੁੰਦਾ ਉਹ ਅਸੀਂ ਗੱਡੀ 'ਚ ਹੀ ਬੈ ਕੇ ਕਰਦੇ ਜਿੱਦਾਂ ਤੁਸੀਂ ਕਹ ਰਹੇ ਸੀ ਜੀ ਜੀ ਸੋ ਦਿਸ ਵੀ ਕਨਸੀਡਰ ਆਰ ਮਾਰਕਡ ਪੁਲਿਸ ਵਹੀਕਲ ਐਮ ਪੀ ਵੀ ਐਜ਼ ਆਰ ਪੁਲਿਸ ਐਜ਼ ਆਰ ਆਫਿਸ ਅ ਕਦੇ-ਕਦੇ ਸਾਡੇ ਸ਼ਿਫਟ ਸਾਡੀ ਸ਼ਿਫਟ ਕਦੇ 16 20 ਘੰਟੇ ਵੀ ਦੀ ਵੀ ਹੁੰਦੀ ਆ। ਤੋਂ 20 ਘੰਟੇ ਸਾਨੂੰ ਬੈਠਣਾ ਪੈਂਦਾ ਕਾਲਸ ਲੈਣੀਆਂ ਪੈਂਦੀ ਆ। ਸੋ ਜਿਹੜੀ ਵੀ ਕਾਲਸ ਆਂਦੀ ਆ ਸਾਡੇ ਸਿਸਟਮ ਹੈਗਾ ਕਾਰਚ ਉਹ ਜਦੋਂ ਤੁਸੀਂ ਨਾਇਰ ਮਨੋਂ ਅਗਰ ਕਾਲ ਕਰਦੇ ਸਾਡੇ ਸਿਸਟਮ ਚਾ ਦਿੰਦਾ ਕਿ ਇਹ ਤੁਹਾਡਾ ਐਡਰੈਸ ਹੈਗਾ ਇਹ ਕਾਲ ਹੈਗੀ ਇਹ ਗੱਲਾਂ ਹੋ ਰਹੀਆਂ। ਤੋਂ ਜਦੋਂ ਅਸੀਂ ਕਾਲ ਤੇ ਤੁਹਾਡੇ ਕੋਲ ਆ ਰਹੇ ਹੁੰਦੇ ਸਾਨੂੰ ਆਲਰੇਡੀ ਇਨਫੋਰਮੇਸ਼ਨ ਹੁੰਦੀ ਆ ਕਿ ਹੋ ਕੀ ਰਿਹਾ। ਜੀ। ਸਾਡੇ ਕੋਲ ਬੈਕਗ੍ਰਾਉਂਡ ਵੀ ਹੁੰਦਾ ਕਿ ਹੋ ਕੀ ਰਿਹਾ। ਠੀਕ ਹੈ ਜੀ। ਤੇ ਇਹ ਗੱਲਾਂ ਹੁੰਦੀ ਆ ਇਟਸ ਆ ਕਾਫੀ ਇੱਥੇ ਯੂਨੀਕ ਪੋਲੀਸਿੰਗ ਹੁੰਦੀ ਆ ਤੇ one police officer should be able to do everything ki ek police officer ne sara kuch karna inna ne investigation bhi karni hai constables ne inna taade kara ke sari issues solve karni aa uh, shootings hundiyan constables ne sara kuch ja ke karna lokan nu save karna kafi chizaan hundiyan ho ji te in da asal taada jinna tusi kaam ginaaya hai te eh sare nu dekh ke ta eh vi lagda hai vi kaam taada baala hi okha hai thoda ni te menu ta eh vi lagda <laughs> hai vi ਤਾਨੂੰ ਵੀ ਮੁੰਸ਼ੀ ਦੀ ਘਾਟ ਹੈ ਇਹਦੀ ਵਰਸ਼ੀ ਤੁਹਾਨੂੰ ਵੀ ਮੁੰਸ਼ੀ ਚਾਹੀਦਾ ਤੇ ਅਖੀਰ ਦੇ ਵਿੱਚ ਜੀ ਸਾਡੇ ਸਪੈਸ਼ਲੀ ਜਿਹੜੇ ਨਵੀਂ ਜੰਗ ਜਨਰੇਸ਼ਨ ਹੈ ਜਿਹੜੇ ਪੁਲਿਸ ਵਾਲੇ ਪਾਸੇ ਆਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਅਖੀਰ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਮੈਸੇਜ ਦਵਾਂਗਾ ਕਿ ਇਟਸ ਅ ਵੈਰੀ ਗੁੱਡ ਕਰੀਅਰ ਬਹੁਤ ਹੀ ਵਧੀਆ ਜੌਬ ਹੈਗੀ ਆ ਇਹਦੀ ਅਖੀਰ ਦੇ ਵਿੱਚ ਇੱਕ ਸੌਰੀ ਮੇਰਾ ਸਵਾਲ ਰਹਿ ਗਿਆ ਜਿਹੜਾ ਸਾਨੂੰ ਬੜਾ ਇੰਪੋਰਟੈਂਟ ਹੈ ਸਾਡੇ ਲਈ ਤੇ ਇਹਦੀ ਪੇ ਕਿੰਨੀ ਹੁੰਦੀ ਹੈ பேடி ਹੈਗੀ ਆ स्टार्टिंग ਦੇ ਵਿੱਚ ਗੁੱਡ ਕੁਐਸਚਨ ਇਹਦੀ ਪੇ स्टार्टिंग ਜਦੋਂ ਤੁਸੀਂ ਸਟਾਰਟ ਕਰਦੇ ਹੋ ਰਿਕਰੂਟ ਕਲਾਸਸ ਤੁਸੀਂ ਜਾਓਗੇ ਤੁਹਾਡੀ 68000 ਡਾਲਰ ਸਟਡੀ ਸਟਾਰਟਿੰਗ ਹਰ ਹਿਆ 68 68000 $68, which is ਕਾਫੀ ਚੰਗੀ ਆ ਕੰਪੀਟਿਟ ਕੰਪੈਰੀਟਿਵ ਵਿਦੀਨ ਕੈਨੇਡਾ ਸੋ ਕੈਨੇਡਾ ਜਨਰਲੀ ਇਨੀ ਹੀ ਹੁੰਦੀ ਆ 4 ਸਾਲਾਂ ਚ ਤੁਹਾਡੀ ਸੈਲਰੀ ਹੋ ਜਣੀ ਐਬਾਊਟ 104000 ਡਾਲਰ ਤੁਸੀਂ 100000 ਡਾਲਰ ਟਾਪ ਚੰਦੇ ਹੋ ਇਹ ਤੁਹਾਡੀ ਬੇਸ ਸੈਲਰੀ ਆ ਡਿਪੈਂਡ ਕਰਦਾ ਤੁਸੀਂ ਕਿੰਨਾ ਓਵਰ ਟਾਈਮ ਕਰਨਾ ਹੈ ਸਬ ਟੂ ਯੂ ਸੋ ਵੈਨ ਇਟ ਕਮਸ ਟੂ ਅ ਫਾਈਨੈਂਸ਼ੀਅਲ ਮੈਟਰਸ ਪੁਲਿਸਿੰਗ ਇਜ਼ ਅ ਵੈਰੀ ਗੁੱ ਆਪਰਚੂਨਿਟੀ ਇਟਸ ਅ ਗੁੱਡ ਕਰੀਅਰ ਅਗਰ ਤੁਸੀਂ ਤੁਹਾਨੂੰ ਉਹ ਚੀਜ਼ਾਂ ਚਾਹੀਦੀਆਂ ਬਟ ਮੇਨ ਗੱਲ ਤੇ ਇਹੀ ਹੁੰਦੀ ਹੈ ਅਸੀਂ ਸੇਵਾ ਕਰਨੀ ਹੁੰਦੀ ਹੈ ਐਂਡ ਮੈਂ ਜ਼ਰੂਰ ਕਹਾਂਗਾ ਹਰ ਇੱਕ ਪੁਲਿਸ ਆਫਸਰ ਨੇ ਤੁਹਾਨੂੰ ਇਹੀ ਜਵਾਬ ਦੇਣਾ ਕਿ ਸ਼ੋਰ ਉਹਨਾਂ ਨੇ ਪੁਲਿਸਿੰਗ ਜੁਆਇਨ ਕੀਤੀ ਹੈ ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਐਕਸਾਈਟਿੰਗ ਜੌਬ ਹੈ ਮੈਂ ਆਪ ਤੁਹਾਨੂੰ ਕਹਾਂਗਾ ਬੜੀ ਐਕਸਾਈਟਿੰਗ ਜੌਬ ਹੈਗੀ ਆ ਇੰਗਲਿਸ਼ ਚ ਕਹਾਵਤ ਹੈਗੀ ਹੈ ਨੋ ਟੂ ਡੇਜ਼ ਆਰ ਦਾ ਸੇਮ ਕਿ ਮਤਲਬ ਹਰ ਦਿਨ ਤੁਹਾਨੂੰ ਕੋਈ ਨਵੀਂ ਚੀਜ਼ ਦੇਖਣ ਲਈ ਮਿਲਦੀ ਆ ਐਕਸਪੀਰੀਅੰਸ ਕਰਨ ਲਈ ਮਿਲਦੀ ਆ ਲੋਕਾਂ ਦੀ ਸੇਵਾ ਕਰਨ ਲਈ ਤੁਹਾਨੂੰ ਮੌਕਾ ਮਿਲਦਾ جان کافی ਤੁਸੀਂ بچا ਸਕਦੇ ਹੋ کافی ਵਰੀ ਆਪਾਂ ਇਹੋ ਜੀ ਕਾਜ਼ ਜਾਂਦੇ ਜਿੱਥੇ ਆਪਾਂ ਲਿਟਰਲੀ ਵੀ మేక్ ਅ ਡਿਫਰੈਂਸ ਤੇ ਮੈਂ اگر ਕੋਈ ਵੀ ਸੋਚ ਹੈ ਪੁਲਿਸਿੰਗ ਦੇ ਬਾਰੇ ਆਈ ਡੈਫੀਨਿਟਲੀ ਹਾਈਲੀ ਰეკਮੈਂਡਡ ਤੇ ਐਨੀ ਕੋਈ ਤੁਹਾਨੂੰ ਕੋਈ ਕੁਐਸਚਨ ਜਾਂ ਕੋਈ ਸਵਾਲ ਹੋਵੇ ਆ ਯੂ ਕੈਨ ਆਲਵੇਸ ਕੰਟੈਕਟ ਆਰ ਸਾਡੀ ਰਿਕਰੂਟਿੰਗ ਡਿਪਾਰਟਮੈਂਟ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਮੈਂ ਤੇ ਇੱਥੇ ਸੇਵਾ ਕਰਦਾ ਹਾਂ ਨਾਰਥ ਈਸਟ کافی ਵਰੀ ਬੱਚੇ ਆ ਕੇ ਮੈਨੂੰ ਵੀ ਪੁੱਛਦੇ ਨੇ ਆਮ ਆਲਵੇਸ ਅਵੇਲੇਬਲ ਤੁਸੀਂ ਆਪ ਸਾਡੇ ਡਿਸਟ੍ਰਿਕਟ ਆਫਿਸ ਆ ਕੇ ਵੀ ਤੁਸੀਂ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਸਵਾਲ ਹੈਗੇ ਇੱਕ ਹੋਰ ਮੈਂ ਗੱਲ ਜ਼ਰੂਰ ਦੱਸਾਂਗਾ ਅਪਲੀਕੇਸ਼ਨ ਪ੍ਰੋਸੈਸ ਦੇ ਟਾਈਮ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਟੂ ਰਾਈਡ ਵਿਦ ਅ ਪੁਲਿਸ ਆਫਸਰ ਤੁਸੀਂ ਪੁਲਿਸ ਆਫਸਰ ਨਾਲ ਗੱਡੀ ਚ ਬੈ ਕੇ 12 ਘੰਟੇ ਦੀ ਸ਼ਿਫਟ ਕਰ ਸਕਦੇ ਹੋ ਜੀ ਹਾਂਜੀ ਤੁਹਾਨੂੰ ਹਥਿਆਰ ਤੇ ਨਹੀਂ ਦਿੱਤੇ ਜਾਣਗੇ ਬਟ ਤੁਹਾਨੂੰ ਤੁਸੀਂ ਬੈ ਕੇ ਦੇਖ ਸਕਦੇ ਹੋ ਕਿ ਹਾਂ ਵੀ 12 ਘੰਟੇ ਦੀ ਸ਼ਿਫਟ ਕਿਹੋ ਜਿਹੀ ਆ ਤੁਸੀਂ ਕੀ ਕੀ ਦੇਖ ਸਕਦੇ ਹੋ ਇਹ वैसे कोई स्टूडेंट आ सके आ सकता है या कोई पहला कोई प्रोसेस पुल स्टार्ट करना एप्लीकेशन अगर ਤੁਸੀਂ ਪਾ ਦਿੰਦੇ ਹੋ ਫਿਰ ਤੁਸੀਂ ਆ ਸਕਦੇ ਹੋ ਤੁਹਾਨੂੰ ਯੂ ਸ਼ੁਡ ਬੀ ਸੀਰੀਅਸ ਅਬਾਊਟ ਪੁਲਿਸਿੰਗ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਪੁਲਿਸਿੰਗ ਹੁੰਦੀ ਕੀ ਹੈ ਮੈਂ ਹਾਈਲੀ ਰეკਮੈਂਡ ਕਰਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਵੀ ਤੁਹਾਡੇ ਮਿਸਕਨਸੈਪਸ਼ਨਸ ਨੇ ਭਲੇਖੇ ਤੁਹਾਡੇ ਨੇ ਤੁਹਾਨੂੰ ਕਲੀਅਰ ਹੋ ਜਾਂਦੇ ਨੇ ਕਿ ਨਹੀਂ ਜੀ ਇਹ ਪੁਲਿਸਿੰਗ ਹੈਗੀ ਆ ਇਹ ਤੁਹਾਨੂੰ ਕਰਨਾ ਪੈਂਦਾ ਆਈ ਆਲਵੇਸ ਰეკਮੈਂਡ ਕਿ ਆਪਣੇ ਜਿਹੜੇ ਯੰਗ ਐਪਲੀਕੈਂਟਸ ਨੇ ਜ਼ਰੂਰ ਆਣ ਸਾਡੇ ਕੋਲ ਥੈਂਕ ਯੂ ਰਿੰਦਾਵਾ ਜੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਨਾਲ ਅਸੀਂ ਹੋਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਪਰ ਅੱਜ ਦੇ ਲਈ ਟਾਈਮ ਸਾਡੇ ਕੋਲ ਸੀਮਤ ਹੈ ਤੇ ਅੱਗੇ ਜਾ ਕੇ ਅਸੀਂ ਹੋਰ بڑے ਜਿਹੜੇ ਥੁੰਦੇ ਜਾਂ ਸਮੱਸਿਆਵਾਂ ਆ ਗਈਆਂ ਉਹਨਾਂ ਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ